અમરદાસ ગુર હૃદય ધ્યામ હૃદય ધ્યામ સદે ગુરુ રામદાસ ગુનગા ਬਿਗਨਨਕੇ ਨਾਸਕ ਸ੍ਰੀ ਹਰ ਗੁਬਿੰਦ ਸੁਭ ਸੁਮਤ ਪਰਕਾਸ਼ਕ ਸ੍ਰੀ ਹਰ ਰਾ ਸ੍ਰੀ ਹਰਿ ਕ੍ਰਿਸ਼ਨ ਨਮੋ ਨਾਯ ਬੋਰੀ ਤੇਗ ਬਹਾਦਰ ਪਰਮ ਕਰਪਾਲ ਸਤ ਗੁਰ ਪਰਮ ਕਰਪਾਲ Shri Guru Gobind Singh Bishala Tara Tara Par pona, si pona Pona Si Sadhi Pona Pona Si ਨੰਦ ਬਾਰ ਬਾਰ ਜਗਦੀਸ਼ਾ ਜਨ ਕੀ ਕੁਲ ਮੂਡਨ ਕੀ ਮਹਾ ਅਖੇਰ ਭੇਵ ਨ ਜਾਣਹਿ ਕਹਾ ਸੋ ਪੰਡਤ ਪੜ ਪੜ ਤਬ ਬਨੇ ਨਿਜ ਸਮਤਾ ਕਿਸ ਕੋ ਨਾ ਗਿਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਿਗੁਰਾਂ ਦੀ ਸਾਜੀ ਨੂੰ ਵਾਜੀ ਗੁਰੂ ਕੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਆਂ ਸਤਿਗੁਰੂ ਪਾਤਸ਼ਾਹ ਦੇ ਕੋਲ ਦੂਰੋਂ ਨੇੜਿਓਂ ਬਿਆੰਤ ਜਗ੍ਹਾ ਤੋਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰਮਤਿ ਧਾਰਨ ਕਰਨ ਵਾਸਤੇ ਜੀਵਨ ਸਫਲਾ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਰ ਰੋਜ ਬਿਆੰਤ ਸੰਗਤਾਂ ਪਹੁੰਚਦੀਆਂ ਮਹਾਰਾਜ ਕਿਹੜੀਆਂ-ਕਿਹੜੀਆਂ ਕਿਰਪਾ ਕਰਦੇ ਇਹਨਾਂ ਦੇ ਉੱਪਰ ਉਹ ਆਪਾਂ ਸਰਵਨ ਕਰਾਂਗੇ ਆਓ ਮੰਨਦੇ ਧਿਆਨ ਨੂੰ ਟਿਕਾਈਏ ਮਿਲ ਕੇ ਆਖੀਏ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਜਨ ਕੀ ਕਲ ਮੂਡਨ ਕੀ ਮਹਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਦੀ ਕੁਲ ਵਿੱਚ ਬਹੁਤੇ ਮੂਰਖ ਪੈਦਾ ਹੁੰਦੇ ਜਾਂ ਜਿਨ੍ਹਾਂ ਨੂੰ ਸੰਸਾਰੀ ਗਿਆਨ ਨਹੀਂ ਹੈ ਦੁਨੀਆ ਦਾ ਗਿਆਨ ਹੀ ਕੋਈ ਨਹੀਂ ਕਿਵੇਂ ਵਿਚਰਨਾ ਹੈ ਕਿਵੇਂ ਵਰਤਣਾ ਹੈ ਕਿਵੇਂ ਖਾਣਾ ਪੀਣਾ ਹੈ ਕਿਵੇਂ ਬੈਠਣਾ ਉੱਠਣਾ ਹੈ ਜਿਹੜੇ ਬਿਲਕੁਲ ਆਪਾਂ ਕਹਿ ਦਈਏ ਸਦਰੇ ਨੇ ਸਾਦੇ ਨੇ ਜਿਹੜੇ ਇਸ ਤਰ੍ਹਾਂ ਦੇ ਲੋਕ ਵੀ ਆ ਜਾਂਦੇ ਨੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੂੰ ਕੋਈ ਜਾਣਕਾਰੀ ਜਾਂ ਕੋਈ ਗਿਆਨ ਨਹੀਂ ਹੈ ਜਿਹੜੇ ਇਸ ਤਰ੍ਹਾਂ ਦੇ ਵੀ ਮਹਾਰਾਜ ਕੋਲ ਆਉਂਦੇ ਹਨ ਅੱਖਰ ਭੇਵ ਨ ਜਾਣੇ ਕਹਾ ਜਿਨ੍ਹਾਂ ਨੂੰ ਅੱਖਰ ਨਹੀਂ ਪੜਨਾ ਆਉਂਦਾ ਕਾਲਾ ਅੱਖਰ ਭੈਸ ਬਰਾਬਰ ਜਿਨ੍ਹਾਂ ਵਾਸਤੇ ਹੈ ਜਿਨ੍ਹਾਂ ਨੂੰ ਕਿਸੇ ਵੀ ਅੱਖਰ ਦਾ ਕੋਈ ਗਿਆਨ ਨਹੀਂ ਕੋਈ ਵੀ ਭਾਸ਼ਾ ਨਹੀਂ ਪੜ ਸਕਦੇ ਜਿਹੜੇ ਬਿਲਕੁਲ ਅਨਪੜ ਨੇ ਜਿਨ੍ਹਾਂ ਨੂੰ ਨਾ ਕੋਈ ਕਿਤਾਬੀ ਗਿਆਨ ਹੈ ਨਾ ਕੋਈ ਸੰਸਾਰੀ ਗਿਆਨ ਹੈ ਨਾ ਕਿਸੇ ਭਾਸ਼ਾ ਦਾ ਗਿਆਨ ਹੈ ਨਾ ਕਦੇ ਕੋਈ ਗ੍ਰੰਥ ਪੜ੍ਹਿਆ ਤੇ ਨਾ ਕਦੇ ਕੋਈ ਸੁਣਿਆ ਹੈ ਜਿਹੜੇ ਇਸ ਤਰ੍ਹਾਂ ਦੇ ਹੀਣ ਮਤਵ ਵਾਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਸਤਿਗੁਰੂ ਉਹਨਾਂ ਤੇ ਮਹਾਨ ਕਿਰਪਾ ਕਰਦੇ ਹਨ ਸੋ ਪੰਡਤ ਪੜ ਪੜ ਤਬ ਬਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੱਲੀ ਸ਼ਸਤਰ ਵਿਦਿਆ ਨਹੀਂ ਸਿਖਾਈ ਜਾਂਦੀ ਹੈ ਵੀ ਕਿਵੇਂ ਤੀਰ ਚਲਵਾਉਣਾ ਕਿਵੇਂ ਤਲਵਾਰ ਚਲਾਉਣੀ ਹੈ ਮਹਾਰਾਜ ਦੇ ਕੋਲ ਨਾਲ ਕਿਤਾਬੀ ਵਿਦਿਆ ਵੀ ਦਿੱਤੀ ਜਾਂਦੀ ਹੈ ਗੁਰਮੁਖੀ ਕਿਵੇਂ ਪੜਨੀ ਹੈ ਫਾਰਸੀ ਕਿਵੇਂ ਪੜਨੀ ਹੈ ਗ੍ਰੰਥ ਕਿਵੇਂ ਪੜਨੇ ਨੇ ਗਿਆਨ ਕਿਵੇਂ ਪ੍ਰਾਪਤ ਕਰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਵਿੱਚ ਜੇ ਕੋਈ ਮੂਰਖ ਵੀ ਆ ਜਾਂਦਾ ਹੈ ਕੋਈ ਸਿਦਰਾ ਵੀ ਆ ਜਾਂਦਾ ਹੈ ਜਿਹਨੂੰ ਕੋਈ ਭਾਸ਼ਾ ਦਾ ਗਿਆਨ ਨਹੀਂ ਜਿਹਨੂੰ ਕੋਈ ਦੁਨੀਆ ਦਾ ਗਿਆਨ ਨਹੀਂ ਹੈ ਉਹ ਵੀ ਪੜ ਪੜ ਕੇ ਮਹਾਰਾਜ ਦੇ ਕੋਲ ਵੱਡਾ ਪੰਡਤ ਵਿਦਵਾਨ ਬਣ ਜਾਂਦਾ ਹੈ ਪੰਡਤ ਨਾਮ ਵਿਦਵਾਨ ਦਾ ਵੱਡੇ ਵੱਡੇ ਵਿਦਵਾਨ बन ਜਾਂਦੇ ਦੁਨੀਆ ਦੇ ਲੋਕ ਆਖਦੇ ਇਹ ਇਹ ਬੈਲ ਬੁੱਧੀ ਵਾਲਾ ਹੈ ਇਹਦੀ ਜਿਹੜੀ ਬੁੱਧੀ ਹੈ ਨਾ ਬੈਲ ਵਾਲੀ ਹੈ ਮੋਟੀ ਹੈ ਉਹ ਜਿਹੜੇ ਬੈਲ ਬੁੱਧੀ ਵਾਲੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਉਹ ਵਿਦਵਾਨ ਬਣ ਗਏ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਗੁਰਬਾਣੀ ਦੀ ਸੰਥਿਆ ਕਰਵਾਈ ਗੁਰਬਾਣੀ ਦੇ ਅਰਥ ਮਹਾਰਾਜ ਜੀਆ ਨੇ ਬਖਸ਼ਿਸ਼ ਕੀਤੀ ਨਾਲ ਹੀ ਵਰਦ ਦਿੱਤਾ ਲਖਣਸਰ ਗੁਰੂ ਘਰ ਹੈ ਨਾ ਦਮਨਵਾਸ ਸਾਹਿਬ ਤਖਤ ਸਾਹਿਬ ਦੇ ਬਿਲਕੁਲ ਨਾਲ ਮਹਾਰਾਜ ਨੇ ਆਖਿਆ ਇਹ ਸਾਡੀ ਕਾਸ਼ੀ ਹੈ ਜਿਹੜਾ ਇੱਥੇ ਆ ਕੇ ਗੁਰਮੁਖੀ ਦੇ ਅੱਖਰ ਲਿਖ ਜਾਵੇਗਾ ਉਹ ਵੀ ਗਿਆਨੀ ਬਣ ਜਾਵੇਗਾ ਉਹ ਵੀ ਭਾਸ਼ਾ ਦਾ ਗਿਆਨ ਪ੍ਰਾਪਤ ਕਰੇਗਾ ਐਸਾ ਵਰ ਮਹਾਰਾਜ ਨੇ ਉਸ ਧਰਤੀ ਨੂੰ ਬਖਸ਼ਿਆ ਉਸ ਜਗ੍ਹਾ ਨੂੰ ਬਖਸ਼ਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਕੋਈ ਮੂਰਖ ਆ ਜਾਵੇ ਕੋਈ ਸਧਾ ਆ ਜਾਵੇ ਕੋਈ ਅਨਪੜ ਆ ਜਾਵੇ ਜਿਹਨੂੰ ਦੁਨੀਆਂ ਦਾ ਗਿਆਨ ਨਹੀਂ ਉਹ ਵੀ ਜੇ ਸੰਗਤ ਵਿੱਚ ਆਉਂਦਾ ਹੈ ਸੰਗਤ ਵਿੱਚ ਇਹੋ ਜਿਹੇ ਗੁਣ ਮਿਲਦੇ ਇਹੋ ਜੀ ਵਿਦਿਆ ਮਿਲਦੀ ਹੈ ਜਿੱਥੇ ਤੀਰ ਤੇ ਤਲਵਾਰ ਚਲਾਉਣਾ ਸਿਖਾਉਂਦੇ ਮਹਾਰਾਜ ਉਥੇ ਕਿਤਾਬਾਂ ਦਾ ਭਾਸ਼ਾ ਦਾ ਗਿਆਨ ਦੇ ਕੇ ਮਹਾਰਾਜ ਵਿਦਵਾਨ ਬਣਾ ਦਿੰਦੇ ਐਸੀ ਲਾਲ ਤੁਜ ਬਿਨ ਕੌਣ ਗਰੀਬ ਨਵਾਜ਼ ਗੁਸਈਆ ਮੇਰਾ ਮਾਥਾ ਸ਼ਤਰ ਧਰ ਐਵੇਂ ਨਹੀਂ ਆਖਿਆ ਜਾਂਦਾ ਤੁਮ ਹੋ ਸਭ ਰਾਜਨ ਕੇ ਰਾਜ ਐਸੇ ਸਮਰਾਤ ਮਹਾਰਾਜ ਇਸ ਤਰ੍ਹਾਂ ਦੇ ਕੌਤਾ ਕਰਦੇ ਮਹਾਰਾਜ ਹਿੰਦੁਸਤਾਨ ਦੇ ਤਖਤ ਤੇ ਉੱਪਰ ਬੈਠਾ ਔਰੰਗਜ਼ੇ ਬਾਦਸ਼ਾ ਤਖਤੇ ਤਾਉਸ ਦੇ ਉੱਪਰ ਬੈਠਾ ਐਲਾਨ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਖਾਲਸੇ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ ਆਨੰਦਪੁਰ ਸਾਹਿਬ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢ ਦੇਣਾ ਹੈ ਐਸਾ ਐਲਾਨ ਕਰਨ ਵਾਲਾ ਔਰੰਗਜੇ ਮਰਿਆ ਔਰੰਗਾਬਾਦ ਦੇ ਵਿੱਚ ਕਬਰ ਬਣੀ ਹੈ ਉਹਦੀ ਕਬਰ ਤੇ ਦੀਵਾ ਜਗਾਉਣ ਵਾਸਤੇ ਵੀ ਭੀਖ ਮੰਗ ਕੇ ਰੁਪਈਏ ਲੈਣੇ ਪੈਂਦੇ ਤਾਂ ਦੀਵਾ ਜਗਦਾ ਜਿਸ ਨਿਸ਼ਾਨ ਨੂੰ ਮਟਾਉਣ ਦੀ ਗੱਲ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹੀ ਨਿਸ਼ਾਨ ਅੱਜ 128 ਦੇਸਾਂ ਤੋਂ ਵੱਧ ਦੇਸਾਂ ਦੇ ਉੱਪਰ ਮਹਾਰਾਜ ਦਾ ਉਹ ਨਿਸ਼ਾਨ ਝੂਲਦਾ ਹੈ ਇਸ ਨਿਸ਼ਾਨ ਨੂੰ ਮਟਾਉਣ ਵਾਲੇ ਆਪ ਮਿਟ ਗਏ ਖਤਮ ਹੋ ਗਏ ਨਿਸ਼ਾਨ ਨਹੀਂ ਮਿਟਿਆ ਹੈ ਸਰਕਾਰਾਂ ਬਣਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਨਿਸ਼ਾਨ ਵੀ ਬਦਲਦੇ ਰਹਿਣਗੇ ਖਾਲਸੇ ਦਾ ਨਿਸ਼ਾਨ ਜੁਗੋ ਜੁਗ ਅਟਲ ਹੈ ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਪਰਮਾਤਮ ਕੀ ਮੋਜ ਇਹਨੂੰ ਪੈਦਾ ਪ੍ਰਮਾਤਮਾ ਨੇ ਆਪਣੇ ਹੁਕਮ ਵਿੱਚ ਕੀਤਾ ਨਾ ਖਾਲਸਾ ਮੁਕੇਗਾ ਨਾ ਇਹਦਾ ਨਿਸ਼ਾਨ ਮਿਟੇਗਾ ਸਤਿ ਸ਼੍ਰੀ ਅਕਾਲ ਐਸੀ ਦਾਤ ਮਹਾਰਾਜ ਬਖਸ਼ਿਸ਼ ਕਰਦੇ ਆਨੰਦਪੁਰ ਦੇ ਵਿੱਚ ਐਸੇ ਕੌਤਕ ਮਹਾਰਾਜ ਨੇ ਕੀਤੇ ਹਨ ਨਿਜ ਸਮਤਾ ਕਿਸ ਕੋ ਨਹਿ ਗਿਣੈ ਅਤੇ ਗੁਰੂ ਕਾ ਖਾਲਸਾ ਹੁਣ ਹੀਣ ਭਾਵ ਨਹੀਂ ਹੈ ਆਪਾਂ ਨਾ ਨਾ ਪੜੇ ਹੋਈਏ ਤੇ ਜਾਦੇ ਪੜੇ ਲਿਖੇ ਕੋਲ ਬੈਠੀਏ ਤੇ ਹੀਣ ਭਾਵ ਹੁੰਦਾ ਆਪਣੇ ਆਪ ਨੂੰ ਨੀਵਾ ਸਮਝੀਦਾ ਵੀ ਮੈਂ ਇਹਦੇ ਸਾਹਮਣੇ ਨੀਵਾ ਆ ਕਿਸੇ ਜੰਗ ਦੇ ਜਿੱਤਣ ਵਾਲੇ ਸੂਰਮੇ ਕੋਲ ਬੈਠ ਜਾਈਏ ਤਾਂ ਵੀ ਹੀਣ ਭਾਵ ਆਉਂਦਾ ਵੀ ਇਹਨੇ ਐਨੇ ਜੰਗ ਜਿੱਤੇ ਇਹਦਾ ਐਨਾ ਨਾਮ ਮੈਂ ਤੇ ਕੁਝ ਵੀ ਨਹੀਂ ਪਿੰਡਾਂ ਵਿੱਚ ਮੱਝਾਂ ਨੂੰ ਪਠੇ ਪਾਉਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਦਿਆ ਪੜਾ ਕੇ ਹੀਣ ਭਾਵਤਾ ਨਾ ਸੀ ਕਰ ਦਿੱਤੀ ਅੱਜ ਗੁਰੂ ਕਾ ਖਾਲਸਾ ਕਿਸੇ ਤੋਂ ਥੱਲੇ ਨਹੀਂ ਹੈ ਕਿਸੇ ਤੋਂ ਛੋਟਾ ਨਹੀਂ ਹੈ ਸ਼ਸਤਰ ਵਿਦਿਆ ਸਿਖਾ ਕੇ ਸੂਰਮੇ ਬਣਾ ਦਿੱਤਾ ਜਿਹੜੇ ਕਹਿੰਦੇ ਸਨ ਨੰਗੀ ਕਰਦ ਕਦੇ ਹੀ ਨਹੀਂ ਪਕੜੀ ਚਿੜੀ ਉੱਡੇ ਤੇ ਮੈਂ ਡਰ ਜਾਊ ਤੁਰਕਣ ਸੇ ਕੈਸੇ ਲੜ ਪਾਉ ਉਹਨਾਂ ਨੂੰ ਸੂਰਮੇ ਬਣਾ ਕੇ ਮਹਾਰਾਜ ਨੇ ਆਖਿਆ ਕੇਸਰੀ ਚੰਦ ਮਸਤ ਹਾਥੀ ਲੈ ਕੇ ਆਉਂਦਾ ਭਾਈ ਬਚਿੱਤਰ ਸਿੰਘ ਜੀ ਪਾੜ ਦਿਓ ਮੱਥਾ ਮਾਰ ਕੇ 나ਗਨੀ ਵਰਸ਼ਾ ਜਿਹੜੇ ਕਹਿੰਦੇ ਸਨ ਕਦੇ ਕਰਦ ਨਹੀਂ ਪਕੜੀ ਉਹਨਾਂ ਦੇ ਹਾਥੀ ਦੇ ਬੱਦੇ ਹੋਏ ਤਵਿਆਂ ਦੇ ਉੱਤੇ ਮੱਥੇ ਦੇ ਵਿੱਚ ਮਾਰ ਕੇ 나ਗਨੀ ਹਾਥੀ ਮਾਰ ਕੇ ਸੁੱੜ ਦਿਤੇ ਐਸਾ ਮਹਾਰਾਜ ਨੇ ਖਾਲਸਾ ਪੈਦਾ ਕੀਤਾ ਜੀਦੇ ਵਰਗਾ ਅੱਜ ਦੁਨੀਆ ਵਿੱਚ ਕੋਈ ਨਹੀਂ ਹੈ ਸਤਿਗੁਰੂ ਸ੍ਰੀ ਗੋਵਿੰਦ ਸਿੰਘ ਕਰੁਣਾ ਗੁਰੂ ਗੋਵਿੰਦ ਸਿੰਘ ਮਹਾਰਾਜ ਕਿਰਪਾ ਕਰਨ ਤੇ ਐਸੀ ਸਮਰੱਥਾ ਬਖਸ਼ਦੇ ਹਨ ਹਾਏ ਭਲੇ ਜੁਗ ਚਾਰੋਂ ਵਰਨ ਅਤੇ ਉਸ ਵੇਲੇ ਮਹਾਰਾਜ ਜੀ ਜਦੋਂ ਕਿਰਪਾ ਕਰਦੇ ਚੌ ਵਰਨਾ ਦੇ ਭਲੇ ਦੀ ਗੱਲ ਮਹਾਰਾਜ ਨੇ ਕਲਯੁਗ ਵਿੱਚ ਕੀਤੀ ਹੈ ਗੁਰਮੁਖੋ ਕਦੇ ਸਮਾਸੀ ਜਦੋਂ ਇਹਨਾਂ ਜਿਨ੍ਹਾਂ ਨੂੰ ਨੀਵੀਂ ਜਾਤ ਆਖਿਆ ਜਾਂਦਾ ਨਾ ਕੋਈ ਪੁੱਛਦਾ ਨਹੀਂ ਸੀ ਜਿਸ ਨੀਚ ਕੋ ਕੋਈ ਨਾ ਜਾਣਦਾ ਗੁਰੂ ਗੋਬਿੰਦ ਸਿੰਘ ਨੇ ਜਾਤ ਪਾਤ ਮਿਟਾ ਕੇ ਅਮਰਦੀ ਦਾਤ ਬਖਸ਼ਿਸ਼ ਕਰਕੇ ਕੇਸ ਬਖਸ਼ ਕੇ ਸਿਰ ਤੇ ਦਸਤਾਰ ਬਣਾ ਕੇ ਆਖਿਆ ਤੁਸੀਂ ਕਿਸੇ ਦੇ ਗੁਲਾਮ ਨਹੀਂ ਤੁਸੀਂ ਊਜਾਦ ਹੋ ਸੁਤੰਤਰ ਕੋਈ ਜਾਤ ਪਾਤ ਛੂਤ ਸ਼ਾਦ ਦਾ ਭੇਤ ਨਹੀਂ ਹੈ ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਕਾਲ ਯੁਗ ਦੇ ਵਿੱਚ ਜੇ ਕੋਈ ਕਿਰਪਾ ਕਰ ਸਕਿਆ ਤੇ ਗੁਰੂ ਗੋਬਿੰਦ ਸਿੰਘ ਕਰ ਸਕੇ ਉਹਨਾਂ ਬਿਨਾ ਕੋਈ ਨਹੀਂ ਕਰ ਸਕਦਾ ਹੈ ਐਸੀ ਸਮਰੱਥਾ ਹੈ त्रेते युग ਦੇ ਵਿੱਚ ਕਿਸੇ ਬ੍ਰਾਹਮਣ ਦਾ ਪੁੱਤਰ ਮਰ ਗਿਆ। ਰਾਮ ਜੀ ਦੇ ਕੋਲ ਚਲਾ ਗਿਆ। ਰਾਮ ਜੀ ਮੇਰਾ ਪੁੱਤਰ ਮਰ ਗਿਆ। ਪੁੱਛਿਆ ਕਿਉਂ? ਕਹਿਣ ਲੱਗੇ ਜੀ ਇੱਕ ਨੀਵੀਂ ਜਾਤ ਵਾਲਾ ਬੰਦਾ ਤਪ ਕਰਦਾ ਪਿਆ ਉਹਦੇ ਕਰਕੇ ਮੇਰਾ ਪੁੱਤਰ ਮਰਿਆ। ਉਸ ਨੀਵੀਂ ਜਾਤ ਵਾਲੇ ਦੀ ਜਾਨ ਕੱਢ ਕੇ ਉਹਦੇ ਪ੍ਰਾਂ ਲਾ ਕੇ ਬ੍ਰਾਹਮਣ ਦਾ ਪੁੱਤਰ ਜੀਵਨ ਦਾ ਕੀਤਾ ਪਰ ਨੀਵੀਂ ਜਾਤ ਵਾਲੇ ਦੀ ਹੀਣਤਾ ਦੂਰ ਨਹੀਂ ਕਰ ਸਕਿਆ ਸਮੇਂ ਦਾ ਅਵਤਾਰ। ਉਹ ਵੀ ਬੰਦਿਸ਼ ਵਿੱਚ ਬੱਧਾ ਹੋਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਨੂੰ ਨੀਵਾਂ ਰਹਿਣ ਹੀ ਨਹੀਂ ਦਿੱਤਾ ਸਭ ਨੂੰ ਉੱਚਾ ਕਰ ਦਿੱਤਾ ਹੁਣ ਸਿੱਖ ਧਰਮ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਵੀ ਆਹ ਨੀਵੀਂ ਜਾਤ ਵਾਲਾ ਤੇ ਆਹ ਉੱਚੀ ਵਾਲਾ ਇਹਨਾਂ ਬੰਧਨਾਂ ਨੂੰ ਕਿੰਨੇ ਤੋੜਿਆ ਇਹ ਸਤਿਗੁਰੂ ਤੋੜਨ ਵਾਲੇ ਸਤਿਗੁਰੂ ਬੰਧਨ ਤੋੜਨਾਰੇ ਗੁਰੂ ਬੰਧਨ ਤੋੜਨ ਦੀ ਸਮਰੱਥਾ ਰੱਖਦਾ ਹੈ ਇਸ ਕਰਕੇ ਗੁਰ ਜੈਸਾ ਨਹੀਂ ਕੋ ਦੇ ਨਹੀਂ ਹੈ ਕੋਈ ਗੁਰੂ ਵਰਗਾ ਐਸਾ ਗੁਰੂ ਸਮਰੱਥ ਹੈ ਇਹ ਮਗਾਦਰ ਤੇ ਸ਼ੇਰ ਬਣਾਏ ਮਹਾਰਾਜ ਨੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ ਜਿਹੜੇ ਲੋਕ ਕਦੇ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਆਪ ਦੇ ਕੇ ਆਉਂਦੇ ਸਨ ਵੀ ਆ ਸਾਡੀ ਭੈਣ ਰੱਖ ਲਓ ਸਾਡੀ ਧੀ ਰੱਖ ਲਓ ਆਪਣੇ ਮਹਿਲਾ ਵਿੱਚ ਪਰ ਸਾਨੂੰ ਕੁਝ ਨਾ ਕਿਓ ਐਸੇ ਜਿਹੜੇ ਡਰਪੋਕ ਸਨ ਗਿੱਦੜ ਸਨ ਕਾਇਰ ਸਨ ਉਹਨਾਂ ਨੂੰ ਮਹਾਰਾਜ ਨੇ ਐਸੇ ਸੂਰਮੇ ਬਣਾ ਦਿੱਤਾ ਅੱਜ ਲੋਕਾਂ ਦੀਆਂ ਧੀਆਂ ਪਹਿਣਾ ਜਿਹੜੀਆਂ ਗਜਨੀ ਦੇ ਬਾਜ਼ਾਰ ਦੇ ਵਿੱਚ ਟਗੇ ਟਗੇ ਦੇ ਵਿਕਦੀਆਂ ਸਨ ਛੜਾ ਕੇ ਉਹਨਾਂ ਦੇ ਘਰੇ ਪਹੁੰਚਾਈਆਂ ਐਸੀ ਸਮਰੱਥਾ ਹੈ ਮਹਾਰਾਜ ਸਾਹਿਬ ਜੀਆਂ ਦੀ ਗਿੱਦੜਾਂ ਤੋਂ ਮਹਾਰਾਜ ਸ਼ੇਰਾਂ ਦੀ ਕੌਮ ਪੈਦਾ ਕਰਦੇ ਹਨ ਬਾਇਸ ਹੰਸ ਚਾਲ ਸਿਖਰਾਏ ਅਤੇ ਸਤਿਗੁਰੂ ਮਹਾਰਾਜ ਜੀਆਂ ਨੇ ਜਿਹੜੇ ਬਾਇਸ ਹਨ ਬਾਇਸ ਕਹਿੰਦੇ ਕਾ ਨੂੰ ਕਾ ਨੂੰ ਨਿਵਾਇ ਮੰਨਿਆ ਜਾਂਦਾ ਕਹਿਣ ਲੱਗੇ ਕਾਗ ਅਟਾਰੀ ਵਿੱਚ ਬਹਿ ਕਾਂ ਭਾਵੇਂ ਕੋਠੇ ਦੀ ਛੱਤੇ ਬੈਠਾ ਹੋਵੇ ਚਮਾਰੇ ਤੇ ਬੈਠਾ ਹੋਵੇ ਸਿਪਾਹੀ ਦੇ ਦੀ ਸਭ ਤੋਂ ਉੱਚੀ ਟਾਣੀ ਤੇ ਭਾਵੇਂ ਕਾਂ ਬੈਠਾ ਹੋਵੇ ਨਾ ਕਾਂ ਦੀ ਬਿਰਤੀ ਕਾਂ ਦੀ ਵਿਖਣੀ ਨੀਵੀ ਹੈ ਸਿਪਾਹੀ ਦੇ ਦੀ ਉੱਚੀ ਟਾਣੀ ਤੇ ਬੈਠਾ ਵੀ ਉਹ ਗੰਦਗੀ ਦੇ ਵੱਲ ਵੇਖਦਾ ਵੀ ਥੱਲੇ ਕੋਈ ਗੰਦਗੀ ਹੈ ਮੈਂ ਖਾ ਲਵਾਂ ਕਾਨੂੰਨੀਵਾਹੀ ਮੰਨਿਆ ਹੈ ਪਰ ਮਹਾਰਾਜਿਆਂ ਨੇ ਕੀ ਕੀਤਾ ਹੈ ਕਹਿਣ ਲੱਗੇ ਜਿਨ੍ਹਾਂ ਦਾ ਜੀਵਨ ਸੀ ਕਾਵਾਂ ਵਰਗਾ ਉਹਨਾਂ ਨੂੰ ਮਹਾਰਾਜਿਆਂ ਨੇ ਹੰਸ ਬਣਾ ਦਿੱਤਾ ਕਾਂ ਦਾ ਕੰਮ ਹੈ ਗੰਦਗੀ ਖਾਣਾ ਹੰਸ ਦਾ ਕੰਮ ਹੈ ਹੀਰੇ ਚੁਗਣਾ ਜਿਹੜੇ ਗੰਦਗੀ ਦਾ ਭੋਜਨ ਕਰਦੇ ਸਨ ਝੂਠਾ ਭੋਜਨ ਲੋਕਾਂ ਦੀ ਝੂਠ ਖਾਂਦੇ ਸਨ ਉਹਨਾਂ ਨੂੰ ਹੰਸ ਬਣਾ ਕੇ ਮਹਾਰਾਜ ਨੇ ਨਾਮ ਦਾ ਭੋਜਨ ਬਖਸ਼ਿਸ਼ ਕਰ ਦਿੱਤਾ ਕਦੇ ਸਮਾਂ ਸੀ ਵੱਡੇ ਵੱਡੇ ਦਰਬਾਰਾਂ ਦੇ ਵਿੱਚ ਨੀਵੀਂ ਜਾਤ ਵਾਲੇ ਨੂੰ ਕੋਲ ਬਿਠਾਣਾ ਤਾਂ ਕਿ ਜੇ ਵੱਡੀ ਜਾਤ ਵਾਲੇ ਨੂੰ ਖੰਘਾਰ ਵੀ ਆਇਆ ਨਾ ਥੁੱਕ ਵੀ ਆਈ ਹੈ ਉਹ ਥੁੱਕ ਸੁੱਟੇਗਾ ਜਿਹੜਾ ਨੀਵੀਂ ਜਾਤ ਵਾਲਾ ਕੋਲ ਬੈਠਾ ਉਹ ਮੂੰਹ ਖੋਲੇਗਾ ਤੇ ਉਹਦੀ ਥੁੱਕ ਆਪਣੇ ਮੂੰਹ ਵਿੱਚ ਪਵਾਏਗਾ ਫਿਰ ਬਾਹਰ ਜਾ ਕੇ ਸੁੱਟ ਕੇ ਆਏਗਾ ਐਸੀ ਗੁਲਾਮੀ ਹੈ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਕਾਵਾਂ ਵਰਗਾ ਸੀ ਗੰਦਗੀ ਖਾਣ ਵਾਲਾ ਝੂਠ ਖਾਣ ਵਾਲਾ ਮਹਾਰਾਜਿਆਂ ਨੇ ਅਮਰਦੀ ਦਾਤ ਬਖਸ਼ਿਸ਼ ਕਰਕੇ ਹੰਸ ਬਣਾ ਦਿੱਤਾ ਮੋਤੀਆਂ ਦਾ ਭੋਜਨ ਨਾਮ ਦਾ ਭੋਜਨ ਰਹਿਤ ਮਰਿਆਦਾ ਦਾ ਭੋਜਨ ਸੁਚਾਪ ਭੋਜਨ ਸ਼ਕਣ ਵਾਸਤੇ ਮਹਾਰਾਜਿਆਂ ਨੇ ਮਰਿਆਦਾ ਬਖਸ਼ੀ ਹੈ ਮਿਹਨਤ ਕਰਹਿ ਮਜ਼ੂਰੀ ਪਾਵੇਂ ਜਿਹੜੇ ਜਿਹੜੇ ਮਿਹਨਤ ਕਰਦੇ ਗੁਰੂ ਘਰ ਦੇ ਵਿੱਚ ਕੁਝ ਫ੍ਰੀ ਨਹੀਂ ਹੈ ਅੱਜ ਆਪਾਂ ਕਹਿ ਦਿੰਦੇ ਆ ਮੰਦਰ ਦੇ ਨਾਂ ਤੇ ਆ ਫ੍ਰੀ ਐ ਮਸਜਿਦ ਦੇ ਨਾਂ ਤੇ ਆ ਫ੍ਰੀ ਕਰਦੇਓ ਗੁਰੂ ਦੇ ਕੋਲ ਆਉਂਦੇ ਨੇ ਜਿਹੜੇ ਕਹਿੰਦੇ ਅਸੀਂ ਫ੍ਰੀ ਸੇਵਾ ਕਰਾਂਗੇ ਮਰਜੀ ਨਾਲੋਂ ਫ੍ਰੀ ਕਰਦੇ ਜਿਹੜੇ ਆ ਕੇ ਆਖਦੇ ਨਹੀਂ ਮਹਾਰਾਜ ਸਾਨੂੰ ਤਨਖਾਹ ਵੀ ਚਾਹੀਦੀ ਐ ਅਸੀਂ ਪਰਿਵਾਰ ਵੀ ਪਾਲਣਾ ਐ ਉਹਨਾਂ ਨੂੰ ਮਹਾਰਾਜ ਉਹਨਾਂ ਦੀ ਜਿਸ ਤਰ੍ਹਾਂ ਦੀ ਕਾਬਲਤਾ ਰੱਖਦੇ ਨੇ ਜਿਸ ਤਰ੍ਹਾਂ ਦਾ ਗੁਣ ਰੱਖਦੇ ਉਸ ਮੁਤਾਬਕ ਮਹਾਰਾਜ ਉਹਨਾਂ ਨੂੰ ਤਨਖਾਵਾ ਬਖਸ਼ਿਸ਼ ਕਰਦੇ ਹਨ ਸੋ ਹੈ ਗਏ ਚੜਪੰਥ ਸਿਧਾਵੇ ਅਤੇ ਕਹਿਣ ਲੱਗੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਕੋਲ ਘੋੜਿਆਂ ਤੇ ਚੜ ਕੇ ਤੇ ਰਸਤੇ ਤੇ ਚੱਲਦੇ ਹਨ ਕਿਸੇ ਨੂੰ ਹਾਥੀ ਦੀ ਸਵਾਰੀ ਹੈ ਗੁਰਮੁਖੋ ਕਦੇ ਸਮਾਸੀ ਜਦੋਂ ਘੋੜੇ ਤੇ ਚੜਨ ਦਾ ਹੁਕਮ ਨਹੀਂ ਹੈ ਆਦਲ ਚੱਲ ਕੇ ਜਾਣਾ ਪੈਂਦਾ ਦਿੱਲੀ ਦੇ ਤਖਤ ਤੇ ਬੈਠਾ ਹੋਇਆ ਬਾਦਸ਼ਾਹ ਸ਼ਾਹ ਜਹਾਂ ਲਾਨ ਕਰਦਾ ਮੇਰੀ ਫੌਜ ਬਿਨਾ ਕੋਈ ਘੋੜੇ ਤੇ ਨਹੀਂ ਚੜੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਲ ਤੱਕ ਸਾਹਿਬ ਦੀ ਧਰਤੀ ਤੇ ਖੜ ਕੇ ਕਹਿਣ ਲੱਗੇ ਮੇਰਾ ਖਾਲਸਾ ਇੱਕ ਨਹੀਂ ਦੋ ਘੋੜਿਆਂ ਦੇ ਉੱਪਰ ਮੇਰਾ ਸਿੰਘ ਸਵਾਰ ਹੋਵੇਗਾ ਮੇਰਾ ਸਿੱਖ ਦੋ ਘੋੜਿਆਂ ਦੀ ਸਵਾਰੀ ਕਰੇਗਾ ਸਤਨਾਮ ਈ ਓ ਸਤ ਨਾਮ ਵਾਹਿਗੁਰੂ 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 ସତ ନାମ ଗୁରୁ ସତ ନାମୀ ଗୁରୁ ସତ ନାମୀ ସତ ନାମ ଗ୍ରୁ ਸੋ ਹੈ ਗਏ ਚੜਪੰਤ ਸਿਧਾਵੈ ਜਿਨ੍ਹਾਂ ਨੂੰ ਬਾਦਸ਼ਾਹ ਕਹਿੰਦੇ ਪੈਦਲ ਚੱਲ ਕੇ ਜਾਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਮੇਰਾ ਸਿੱਖ ਦੋ ਘੋੜਿਆਂ ਦੀ ਸਵਾਰੀ ਕਰੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣੇ ਸਿੱਖਾਂ ਨੂੰ ਜਿੱਥੇ ਘੋੜੇ ਬਖਸ਼ੇ ਕੱਲੇ ਘੋੜਿਆਂ ਤਾਂ ਕੀ ਗੱਲ ਨਹੀਂ ਛੱਡੀ ਹੈ ਹਾਥੀ ਵੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੇ ਸਮੇਂ ਦੀਆਂ ਸਰਕਾਰਾਂ ਸਮੇਂ ਦੇ ਵੱਡੇ ਲੋਕ ਆਖਦੇ ਪੈਦਲ ਚੱਲ ਕੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਮੇਰਾ ਖਾਲਸਾ ਹਾਥੀ ਦੀ ਸਵਾਰੀ ਕਰਿਆ ਕਰੇਗਾ ਰਾਜਿਆਂ ਵਰਗਾ ਜੀਵਨ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਲੋਕ ਪਰਲੋਕ ਨਾ ਜਾਣ ਜੋ ਅਤੇ ਗੁਰੂ ਕੇ ਖਾਲਸੇ ਇੰਨੀ ਬਾਣੀ ਇੰਨਾ ਬਾਣਾ ਇੰਨੀ ਕਮਾਈ ਇੰਨਾ ਜੀਵਨ ਬਖਸ਼ਿਆ ਲੋਕ ਦੀ ਤੇ ਕੋਈ ਪਰਵਾ ਨਹੀਂ ਹੈ ਜੋ ਮਰਜੀ ਕੋਈ ਕਹੀ ਜਾਵੇ ਕੋਈ ਭਲਾ ਕਹੋ ਚਾਹੇ ਬੁਰਾ ਕਹੋ ਕੋਈ ਨਹੀਂ ਦੁਨੀਆ ਦੀ ਪਰਵਾ ਜੀਵਨ ਇੰਨਾ ਉੱਚਾ ਹੋ ਗਿਆ ਗੁਰੂ ਦਾ ਖਾਲਸਾ ਤੇ ਹੁਣ ਮੌਤ ਨੂੰ ਮੁਖੌਲ ਕਰਦਾ ਹੈ ਕਿਹੜਾ ਹੈ ਧਰਮ ਰਾਜਾ ਕਿਹੜੀ ਹੈ ਮੌਤ ਕਿਹੜਾ ਹੈ ਲਿਖਾ ਜੋਕਾ ਕਹੋ ਨਾਨਕ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ ਸਾਡੇ ਤੇ ਉਹ ਲੇਖੇ ਜੋਖੇ ਵਾਲੇ ਕਾਗਜ਼ ਸਭ ਖਤਮ ਹੋ ਗਿਆ ਲਿਖਾ ਰਹਿ ਹੀ ਕੋਈ ਨਹੀਂ ਗਿਆ ਦੂਰ ਰਹੀ ਉਹ ਜਮ ਕੀ ਬਾਤ ਇਸ ਤਰ੍ਹਾਂ ਦਾ ਖਾਲਸਾ ਨਿਰਭੈ ਬਣਾਇਆ ਨਾ ਦੁਨੀਆਂ ਦੀ ਪ੍ਰਵਾਹ ਨਾ ਮੌਤ ਦੀ ਪ੍ਰਵਾਹ ਨਾ ਕੋਈ ਜਮਾਂ ਦੀ ਪ੍ਰਵਾਹ ਹੈ ਸਤਨਾਮ ਸਿਮਰੇ ਤਰਸੂ ਕਿਉਂਕਿ ਸੱਚੇ ਨਾਮ ਦਾ ਸਿਮਰਨ ਕਰਦੇ ਗੁਰਮੁਖੋ ਕੱਲੀਆਂ ਗੱਲਾਂ ਨਹੀਂ ਜੋ ਨਾਮ ਹੈ ਨਾ ਸਤਗੁਰੂ ਜੀਆਂ ਦਾ ਵਾਹਿਗੁਰੂ ਵਾਹਿਗੁਰੂ ਇਹਦੀ ਕਮਾਈ ਕਰਦੇ ਗੁਰੂ ਕੇ ਸਿੱਖ ਇਸ ਕਰਕੇ ਤਰ ਗਏ ਹਨ ਕੌਣ ਕੌਣ ਇਸ ਵਿਦ ਵਡਿਆਈ ਕਿਹੜੀ ਕਿਹੜੀ ਵਡਿਆਈ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੀ ਕਿਹੜੀ ਵਡਿਆਈ ਕਹਿ ਕਹਿ ਕੇ ਦਸਿਏ ਦੁਨੀਆ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਗੁਰਮਖੋ ਕਹੀ ਨਹੀਂ ਜਾ ਸਕਦੀ ਇੰਨੀ ਬੇਅੰਤ ਐ ਐਡੀ ਵੱਡੀ ਐ ਇੰਨੀਆਂ ਬਖਸ਼ਾ ਕੇਵਲ 42 43 ਸਾਲ ਦੀ ਉਮਰ ਤੱਕ ਮਹਾਰਾਜ ਨੇ ਐਸੀਆਂ ਬਖਸ਼ਾ ਦੇ ਪੰਡਾਰੇ ਦਿੱਤੇ ਜਿਹੜੇ ਗਿਣੇ ਨਹੀਂ ਜਾ ਸਕਦੇ ਹਨ ਕਲਗੀ ਧਰ ਕੀ ਕਹ ਬਣਾਈ ਕਲਗੀ ਧਰ ਸਵਾਮੀ ਪਾਤਸ਼ਾਹ ਮਾਲਕ ਤੁਹਾਡੀ ਕਿਹੜੀ ਵਡਿਆਈ ਕਹਿ ਕੇ ਬਣਾ ਕੇ ਦੁਨੀਆ ਨੂੰ ਦਸੀਏ ਤੇ ਕਹੀਏ ਤੁਹਾਡੀ ਵਡਿਆਈ ਦੇ ਵਾਸਤੇ ਅੱਖਰ ਖਤਮ ਹੋ ਜਾਣਗੇ ਜ਼ੁਬਾਨ ਮੁੱਕ ਸਕਦੀ ਹੈ ਸ਼ਿਆਹੀ ਖਤਮ ਹੋ ਜਾਵੇਗੀ ਮਤ ਥੱਕ ਜਾਵੇਗੀ ਕੰਨ ਥੱਕ ਜਾਣਗੇ ਸੁਣਦਿਆਂ ਸੁਣਦਿਆਂ ਪਰ ਮਹਾਰਾਜ ਤੁਹਾਡੀ ਵਡਿਆਈ ਕਦੇ ਮੁੱਕਦੀ ਨਹੀਂ ਹੈ ਅਗੇ ਜਗ ਮ ਭਇਓ ਨਾ ਕੋ ਸਤਿਗੁਰੂ ਪਾਤਸ਼ਾਹ ਵਰਗਾ ਦੁਨੀਆਂ ਵਿੱਚ ਕੋਈ ਹੋਇਆ ਹੀ ਨਹੀਂ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦੁਨੀਆਂ ਤੇ ਹੋਇਆ ਹੀ ਨਹੀਂ ਕਿਸੇ ਵਿਦਵਾਨ ਨੇ ਲਿਖਿਆ ਕਹਿਣ ਲੱਗੇ ਹਾਥੇ ਪੁੱਤਰਾ ਨੂੰ ਬਣੋ ਬਾਸ ਦੇ ਕੇ ਦਸ਼ਰਤ ਮਹਿਲਾਂ ਤੋਂ ਛਾਲ ਮਾਰ ਬੋਇਆ 10000 ਸਾਲ ਦੀ ਉਮਰਾ ਹੈ ਬੰਦੇ ਦੀ 10000 ਸਾਲ ਉਹਦੇ ਵਿੱਚ ਉਹ ਬਣੋ ਬਾਸ ਕਿੰਨਾ ਮਿਲਿਆ ਜੰਗਲ ਵਿੱਚ ਰਹਿਣ ਦਾ ਸਮਾਂ ਕਿੰਨਾ ਮਿਲਿਆ 14 ਸਾਲ ਦਾ ਜੇ ਆਪਾਂ ਕਾਲ ਯੁਗ ਦੀ ਉਮਰਾ ਦਾ ਹਿਸਾਬ ਲਈਏ ਨਾ ਵੀ ਆਪਣੀ 100 ਸਾਲ ਹੈ ਤੇ ਮੰਨ ਲਓ ਵੀ ਇੱਕ ਹਫਤਾ ਕਹਿ ਦਈਏ ਵੀ ਤੂੰ ਜੰਗਲ ਵਿੱਚ ਰਹਿਣਾ ਕੋਈ ਵੱਡੀ ਗੱਲ ਨਹੀਂ ਹੈ 100 ਸਾਲ ਵਿੱਚੋਂ ਇੱਕ ਹਵਾਲਾ ਲਾ ਲਈਏ 10000 ਵਿੱਚੋਂ 14 ਸਾਲ ਲਾ ਲਈਏ ਪਤਾ ਹੈ ਵੀ 14 ਸਾਲਾਂ ਬਾਅਦ ਮਿਲ ਪੈਣਾ ਮਹਿਲ ਦੇ ਉੱਪਰੋਂ ਸ਼ਾਲ ਮਾਰ ਕੇ ਮਰ ਗਿਆ ਹਾਥੀ ਪੁੱਤਰਾ ਨੂੰ ਬਨੋ ਬਾਸ ਦੇ ਕੇ ਦਸ਼ਰਤ ਮਹਿਲਾਂ ਤੋਂ ਸ਼ਾਲ ਮਾਰ ਪਿਆ ਇਬਰਾਹੀਮ ਨੇ ਅੱਖੀਆਂ ਬੰਦ ਲਈਆਂ ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ ਇਬਰਾਹੀਮ ਨਾਮ ਦਾ ਪੈਗੰਬਰ ਹੋਇਆ ਮੁਸਲਮਾਨਾਂ ਦੇ ਵਿੱਚ ਬੜਾ ਵੱਡਾ ਬੜੀ ਮੰਨਤਾ ਪਰ ਜਦੋਂ ਖੁਦਾ ਨੇ ਆਖਿਆ ਨਾ ਇਬਰਾਹੀਮ ਪਗੰਬਰ ਆਪਣੇ ਪੁੱਤਰ ਦੀ ਬਲੀ ਦੇ ਮੈਨੂੰ ਅੱਖਾਂ ਤੇ ਪੱਟੀ ਬੰਨ੍ਹ ਲਈ ਬਲੀ ਫਿਰ ਵੀ ਨਹੀਂ ਦਿੱਤੀ ਗਈ ਰੋਣ ਲੱਗ ਪਿਆ ਇਹ ਕਿਹ ਕੈਸੀ ਪਰਖ ਆਬੀ ਮੈਂ ਨਿਉ ਦੀ ਮੌਤ ਜਦ ਸੁਣੀ ਅਰਜਨ ਸਿੱਟ ਰਣ ਦੇ ਵਿੱਚ ਹਥਿਆਰ ਹੋਇਆ ਅਰਜਨ ਦੀ ਇੱਕ ਰਾਣੀ ਨਹੀਂ ਕਈ ਰਾਣੀਆਂ ਨੇ ਅਰਜਨ ਆਪ ਵੀ ਜਵਾਨ ਹੈ ਇੱਕ ਪੁੱਤਰ ਮਰਿਆ ਜੰਗ ਮਦਾਲ ਵਿੱਚ ਐਡਾ ਵੱਡਾ ਸੂਰਮਾ ਜਿਹਦਾ ਕਹਿੰਦੇ ਵੀ ਤੀਰਾਂ ਦਾ ਸਾਨੀ ਉਹਦਾ ਕੋਈ ਹੈ ਹੀ ਨਹੀਂ ਹੈ। ਬੜਾ ਵੱਡਾ ਉਹਨੂੰ ਮੰਨਿਆ ਜਾਂਦਾ ਸੂਰਮਤਾਈ ਦੇ ਵਿੱਚ। ਆਪਣੇ ਹੱਥੋਂ ਤਲਵਾਰ ਵੀ ਜੰਗ ਵਿੱਚ ਸੁੱਟ ਦਿੱਤੀ, ਤੀਰ ਕਮਾਨ ਲਾ ਕੇ ਸੁੱਟ ਦਿੱਤਾ, ਰੋਂਣ ਲੱਗ ਪਿਆ ਭੁੱਬਾ ਮਾਰ-ਮਾਰ ਕੇ ਆ ਮੇਰੇ ਨਾਲ ਕੀ ਹੋ ਗਿਆ। ਅਜੇ ਕਿ ਪੁੱਤਰਾਂ ਦਾ ਪੈਦਾ ਹੋ ਵੀ ਸਕਦਾ ਹੈ, ਹੋ ਵੀ ਜਾਵੇਗਾ। ਸੇਵਕ ਆਖਦਾ ਧੰਨ ਦਾ ਸਮੇਸ਼ ਪਿਤਾ ਜਿਹੜਾ ਵਾਰ ਕੇ ਨਹੀਂ ਪਰ ਵਾਰ ਰੋਇਆ। ਸਤਿ ਸ਼੍ਰੀ ਅਕਾਲ ਧੰਗੁਰ ਗੋਵਿੰਦ ਸਿੰਘ ਮਹਾਰਾਜ ਐਸੇ ਨੇ ਚਾਰੇ ਪੁੱਤਰ ਵਾਰੇ ਗਏ ਅਨੰਦਪੁਰ ਸਾਹਿਬ ਛੱਡਿਆ ਪਰ ਫਿਰ ਵੀ ਕੋਈ ਰੋਣਾ ਨਹੀਂ ਹੈ ਕੋਈ ਦੁੱਖ ਨਹੀਂ ਹੈ ਤੇਰਾ ਤੁਝ ਕੋ ਸੌਂਪਤੇ ਕਿਆ ਲਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਝ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦੋ ਸਾਹ ਸਹਿਨਾ ਯਾਰੜੇ ਦਾ ਸਾਨੂੰ 70 ਚੰਗਾ ਪਾਠ ਖੇੜਿਆਂ ਦਾ ਰਣ ਇਹ ਬਚਨ ਕਰਦੇ ਪੈ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਆਇਆ ਦੁਨੀਆ ਤੇ ਅਵਤਾਰ ਹੀ ਇਹੋ ਜਿਹਾ ਨਹੀਂ ਆਇਆ ਨਹੀਂ ਆਇਆ ਕੋਈ ਪੈਗੰਬਰ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ Hindu ਮਤ ਦੇ ਧਾਰਮਿਕ ਗ੍ਰੰਥ ਈਸਾਈ ਬੋਧੀ ਜੈਨੀ ਜੰਗਮ ਸ਼ਰੇਵੜੇ ਜਿੰਨੇ ਵੀ ਦੁਨੀਆ ਤੇ ਹੋਏ ਪੜ ਕੇ ਵੇਖ ਲੋ ਗ੍ਰੰਥ ਪੜ ਕੇ ਵੇਖ ਲੋ ਕਰਨੀਆਂ ਪੜ ਕੇ ਵੇਖ ਲੋ ਉਹਨਾਂ ਦੇ ਕੰਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਕੰਮ ਦੇ ਬਰਾਬਰ ਵੀ ਨਹੀਂ ਹੋਏ ਦੁਨੀਆ ਦੇ ਲੋਕ ਤੇ ਆਵੇਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੀ ਜਾਪ ਸਾਹਿਬ ਦੀ ਬਾਣੀ ਤੇ ਸ਼ਾਸਤਰ ਦੇ ਵਿੱਚੋਂ ਲਈ ਗਈ ਹੈ ਜਿਹੜਾ ਪੈਗੰਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਦੇ ਅੰਗੂਠੇ ਦੇ ਨੌਂ ਵਰਗਾ ਵੀ ਨਹੀਂ ਹੋ ਸਕਦਾ ਉਹਦੀ ਬਾਣੀ ਨੂੰ ਚਰਾ ਕੇ ਗੁਰੂ ਗੋਬਿੰਦ ਸਿੰਘ ਕਿਵੇਂ ਲਿਖ ਸਕਦੇ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਹੈ ਹੀ ਨਹੀਂ ਇਥੇ ਸਾਡੇ ਮਤ ਦੇ ਐਸੇ ਕੁਝ ਲੋਕ ਨੇ ਕੁਝ ਮਾਇਆ ਦੇ ਧਨ ਪਿੱਛੇ ਵੇਖ ਕੇ ਆਪਣੇ ਗੁਰੂ ਦੀ ਨੰਦਿਆ ਕਰਦੇ ਪਰ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਪੈਗੰਬਰ ਦੁਨੀਆ ਤੇ ਹੋਇਆ ਹੀ ਨਹੀਂ ਨਾ ਉਹਨਾਂ ਵਰਗੀ ਲਿਖਤ ਹੈ ਨਾ ਉਹਨਾਂ ਵਰਗਾ ਕਿਸੇ ਦਾ ਇਤਿਹਾਸ ਹੈ ਇਹ ਉਪਕਾਰ ਕਰਹਿ ਜਗ ਜੋ ਇਸ ਤਰ੍ਹਾਂ ਦੇ ਮਹਾਰਾਜ ਪਰਉਪਕਾਰ ਕਰਦੇ ਦੁਨੀਆ ਤੇ ਤਾਂ ਹੀ ਉਹਨਾਂ ਨੇ ਲਿਖਿਆ ਨਾ ਦੇਖਣੇ ਆਇਓ ਜਗਤ ਤਮਾਸ਼ਾ ਮਿਲ ਕੇ ਆਖੀਏ ਦੇਖਣੇ ਆਇਓ ਜਗਤ ਤਮਾਸ਼ਾ ਉਹਨਾਂ ਨੇ ਆਖਿਆ ਅਸੀਂ ਦੁਨੀਆ ਦਾ ਤਮਾਸ਼ਾ ਵੇਖਣ ਆਏ ਆ ਨਰਲੇ ਪਨੇ ਮਹਾਰਾਜ ਐਸੇ ਹਨ ਰਾਮਚੰਦਰ ਆਦਿਕ ਅਵਤਾਰ ਦੁਨੀਆ ਤੇ ਰਾਮਚੰਦਰ ਵਰਗੇ ਅਵਤਾਰ ਹੋਏ ਨੇ ਪਹਿਲਿਆਂ ਜੁਗਾਂ ਦੇ ਵਿੱਚ ਕਰੇ ਤਨੋਹ ਪੀ ਬੜੂ ਉਪਕਾਰ ਪਰ ਉਪਕਾਰ ਤੇ ਚਲੋ ਗੁਰਮਖੋ ਉਹਨਾਂ ਨੇ ਵੀ ਕੀਤੇ ਹੋਣਗੇ ਪਰ ਉਹਨਾਂ ਦੇ ਜੰਗ ਜਰਜੋਰੂ ਤੇ ਜ਼ਮੀਨ ਪਿੱਛੇ ਹੋਏ ਵੱਡੇ ਵੱਡੇ ਪੈਗੰਬਰ ਵੱਡੇ ਵੱਡੇ ਅਵਤਾਰ ਇਸੇ ਵਾਸਤੇ ਲੜਦੇ ਰਹੇ ਅਰਤਾ ਅਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਸਾਨੀ ਕੋਈ ਨਹੀਂ ਹੈ। ਬਿਦਤ ਅਹ ਜਗ ਨਹ ਨਸ਼ਾਨੇ। ਦੁਨੀਆ ਵਿੱਚ ਪ੍ਰਗਟ ਨੇ ਗੱਲਾਂ ਵੀ RAM ji ਨੇ ਆ ਕੀਤਾ ਹੈ। ਭਗਵਾਨ ਕ੍ਰਿਸ਼ਨ ਜੀ ਨੇ ਇਹ ਕੰਮ ਕੀਤੇ ਹਨ। ਸੁਨ ਪਠ ਕਥ ਸੁਮਤ ਸਭ ਜਾਣੇ। ਅਤੇ ਜਿਹੜੇ ਕਥਾ ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ ਉਹ ਸਭ ਜਾਣਦੇ ਨੇ ਵੀ ਉਹਨਾਂ ਨੇ ਕੀ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਹੈ। RAM ji ਨੇ ਜੰਗ ਲੜੇ ਆਪ ਜੰਗ ਅੱਗੇ ਹੋ ਕੇ ਲੜਿਆ ਆਪਣੀ ਸ਼ਕਤੀ ਵਿਖਾਈ ਕਰਾਮਾਤ ਵਿਖਾਈ ਜੰਗ ਜਿੱਤ ਲਿਆ ਭਗਵਾਨ ਕ੍ਰਿਸ਼ਨ ਜੀ ਅੱਗੇ ਹੋ ਕੇ ਲੜੇ ਕਰਾਮਾਤਾਂ ਵਿਖਾਈਆਂ ਤਾਕਤਾਂ ਵਿਖਾਈਆਂ ਜੰਗ ਜਿੱਤ ਲੈ ਦੁਨੀਆ ਦੇ ਵਿੱਚ ਲੋਕ ਰਾਮ ਜੀ ਦਾ ਭੈ ਮੰਨਦੇ ਹੋਣਗੇ ਦੁਨੀਆ ਦੇ ਵਿੱਚ ਲੋਕ ਭੈ ਕ੍ਰਿਸ਼ਨ ਜੀ ਦਾ ਮੰਨਦੇ ਹੋਣਗੇ ਪਰ ਉਹਨਾਂ ਤੋਂ ਜਿਹੜੀ ਅਗੇ ਕੌਮ ਪੈਦਾ ਹੋਈ ਨਾ ਉਹਦਾ ਭੈ ਕੋਈ ਨਹੀਂ ਮੰਨਦਾ ਹੈ ਡਰਾਕਲ ਸਮਝਿਆ ਜਾਂਦਾ ਕਮਜ਼ੋਰ ਸਮਝਿਆ ਜਾਂਦਾ ਜੰਗ ਨੂੰ ਵੇਖ ਕੇ ਭਜਣ ਵਾਲੇ ਸਮਝਿਆ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਤੇ ਜੰਗ ਕੀਤੇ ਪਰ ਆਪਣੇ ਸਿੱਖਾਂ ਨੂੰ ਅੱਗੇ ਲਾ ਕੇ ਜੰਗ ਕਰਵਾਇਆ ਖਾਲਸੇ ਦੀ ਐਸੀ ਧਾਕ ਬਣਾਈ ਮਹਾਰਾਜ ਨੇ ਐਸਾ ਦਬਦਬਾ ਬਣਾਇਆ ਅੱਜ ਖਾਲਸੇ ਤੋਂ ਸਾਰੀ ਦੁਨੀਆ ਭੈ ਪੀਤ ਹੈ ਵੀ ਇਹਨਾਂ ਨਾਲ ਮੱਥਾ ਨਾ ਲਾਇਓ ਜਿਹੜਾ ਇਹਨਾਂ ਨਾਲ ਮੱਥਾ ਲਾਵੇਗਾ ਉਹ ਖਤਮ ਹੋ ਜਾਏਗਾ ਇਸਲਾਮ ਧਰਮ ਦਾ ਮੌਲਵੀ ਆਖਦਾ ਪਿਆ ਆਪਣੀ ਪਰਜਾ ਨੂੰ ਆਪਣੇ ਲੋਕਾਂ ਨੂੰ ਸੰਬੋਧਨ ਕਰਦਾ ਪਿਆ ਇੱਕ ਵੀਡੀਓ ਵਧੀਆ ਸੋਸ਼ਲ ਮੀਡੀਆ 'ਤੇ ਕਹਿ ਲੱਗਾ ਵੀ ਦੁਨੀਆਂ ਦੇ ਵਿੱਚ ਸਿੱਖ ਕੌਮ ਵਰਗੀ ਬਹਾਦਰ ਕੌਮ ਨਹੀਂ ਜਿਨ੍ਹਾਂ ਖੂਨ ਇਹਨਾਂ ਨੇ ਡੋਲਿਆ ਕੁਰਬਾਨੀ ਵਾਸਤੇ ਕੋਈ ਨਹੀਂ ਡੋਲ ਸਕਿਆ ਇਹ ਦਬਦਬਾ ਇਹ ਪ੍ਰਭਾਵ ਇਹ ਦਹਿਸ਼ਤ ਇਹ ਰੋਬ ਕਿਹਦਾ ਹੈ ਇਹ ਖਾਲਸੇ ਦਾ ਹੈ ਕਿਵੇਂ ਬਣਿਆ ਗੁਰੂ ਗੋਬਿੰਦ ਸਿੰਘ ਨੇ ਬਣਵਾਇਆ ਹਾਥੀ ਨੂੰ ਮਹਾਰਾਜ تیر ਮਾਰ ਕੇ ਵੀ ਮਾਰ ਸਕਦੇ ਸਨ ਪਰ ਭਾਈ ਬਚਿੱਤਰ ਸਿੰਘ ਨੂੰ ਭੇਜ ਕੇ ਆਖਿਆ ਤੂੰ ਮਾਰਨਾ ਹੈ ਗੁਰੂ ਮਾਰੇਗਾ ਤੇ ਲੋਕ ਕਹਿਣਗੇ ਸ਼ਕਤੀ ਹੈ ਸਿੱਖ ਮਾਰੇਗਾ ਸਿੱਖ ਦਾ ਹੌਸਲਾ ਸਿੱਖ ਦੀ ਤਾਕਤ ਹੈ ਲਾਲਚਲ ਲਾਲ ਚੰਦ ਪੰਡਤ ਨੂੰ ਗੀਤਾ ਦੇ ਅਰਥ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਕਰਕੇ ਸੁਣਾ ਸਕਦੇ ਸ਼ਜੂ ਜੀ ਵਰਦੇ ਸਿਰ ਤੇ ਮੇਰ ਦਾ ਹੱਥ ਰੱਖਿਆ ਮਹਾਰਾਜ ਵਡਿਆਈ ਦਿੰਦੇ ਨੇ ਨੀਚਾ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰ ਐਸੀ ਸੁਭਾ ਮਹਾਰਾਜ ਦਵਾਉਂਦੇ ਹਨ ਜਥਾ ਜੋਗ ਜੇ ਕਰਹਿ ਵਿਚਾਰਨ ਅਤੇ ਜਥਾ ਜੋਗ ਜੇ ਵਿਚਾਰ ਕਰਨਾ ਕਰੀਏ ਇਹਦੋਂ ਸਰਖੇ ਭੇ ਉਪਕਾਰਨ ਇਹ ਗੁਰਮਖੋ ਭਾਈ ਇਹ ਬਚਨ ਐ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੋਇਆ ਹੀ ਨਹੀਂ ਤੁਸੀਂ ਗ੍ਰੰਥ ਪੜ੍ਹ ਕੇ ਜਦੋਂ ਵਿਚਾਰ ਕਰੋਗੇ ਨਾ ਸੋਚੋਗੇ ਫਲਾਣੇ ਬਤਾਰਨੇ ਆ ਕੀਤਾ ਫਲਾਣੇ ਨੇ ਆ ਕੀਤਾ ਜਦੋਂ ਉਹਦਾ ਮੁਕਾਬਲਾ ਲਿਆ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਕਰਾਓਗੇ ਨਾ ਵੀ ਮਹਾਰਾਜ ਨੇ ਆ ਕੀਤਾ ਸਾਰੇ ਬੌਣੇ ਹੋ ਜਾਣਗੇ ਨੀਵੇਂ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਮਾਂ ਦੇ ਅਗੇ ਐਸੇ ਮਹਾਰਾਜ ਸਮਰਾਥ ਹਨ ਮੂਡ ਰੰਗ ਜੋ ਪੁਸ਼ਤਨ ਕੇਰੇ ਦੁਨੀਆਂ ਦੇ ਵਿੱਚ ਜਿਹੜੇ ਮੂਰਖ ਜਾਂ ਗਰੀਬ ਜਿਹੜੇ ਪੀੜੀਦਾਰ ਪੀੜੀ ਗਰੀਬ ਸਨ ਜਿਹੜੇ ਪੀੜੀਦਾਰ ਪੀੜੀ ਜਿਨ੍ਹਾਂ ਨੂੰ ਮੂਰਖ ਆਖਿਆ ਜਾਂਦਾ ਹੈ ਜੁਗ ਲੋਕਨ ਸੁਖ ਤਿਨੋ ਕਨੇਰੇ ਤੇ ਇਨ੍ਹਾਂ ਦੋਆਂ ਲੋਕਾਂ ਵਿੱਚ ਸੁਖ ਮਹਾਰਾਜ ਨੇ ਬਖਸ਼ੇ ਮੂਰਖਾਂ ਨੂੰ ਸਿਆਣੇ ਬਣਾ ਦਿੱਤਾ ਵਿਦਵਾਨ ਬਣਾ ਦਿੱਤਾ ਗਰੀਬਾਂ ਨੂੰ ਮਹਾਰਾਜ ਨੇ ਪਾਤਸ਼ਾਹ ਬਣਾ ਦਿੱਤਾ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਰਹੇ ਹਮਰੀ ਗੁਰਿਆਈ ਐਸੇ ਮਹਾਰਾਜ ਨੇ ਸਰਦਾਰ ਬਣਾਇਆ ਹੈ ਜ਼ਾਹਰ ਮਹਾ ਜਗਤ ਮੋਹ ਸਾਰੇ ਅਤੇ ਸਾਰੇ ਸੰਸਾਰ ਵਿੱਚ ਜ਼ਾਹਰ ਕਈਏ ਪ੍ਰਗਟ ਹੀ ਧੰਨ ਧੰਨ ਗੁਰ ਪਰਮੇ ਉਦਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਨੇ ਧੰਨ ਨੇ ਧੰਨ ਹਨ ਜਿਹੜੇ ਵੱਡੇ ਉਦਾਰ ਦਾਤ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਜਾਈਐ ਐਸੇ ਗੁਰ ਕੋ ਆਪ ਮੁਕਤ ਮੋਹ ਤਾਰੈ ਆਪ ਮੁਕਤ ਮੋਹ ਤਾਰੈ ਆਪ ਮੁਕਤ ਮੋਹ ਤਾਰੈ ਆਪ ਮੁਕਤ ਐਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਉਪਰੋਂ ਬਲਹਾਰ ਕੁਰਬਾਨ ਸਦਕੇ ਜਾਣਾ ਕਰੀਏ ਜੂ ਮਹਿਮਾ ਲਖ ਪਰੇ ਨ ਸਰਨੀ ਜਿਹੜਾ ਇੰਨੀ ਮਹਿਮਾ ਜਾਣ ਕੇ ਵੀ ਗੁਰੂ ਦਾ ਨਹੀਂ ਬਣਿਆ ਗੁਰਮੁਖਵਾ ਮਹਾਰਾਜ ਦੀ ਮੈਂ ਮੈਂ ਹੀ ਸੁਣਾ ਰਿਹਾ ਨਾ ਚਲੋ ਆਪਣੀ ਤੇ ਮਾਤੀ ਮਹਾਰਾਜ ਨੇ ਇੰਨੀ ਕੁ ਦਿੱਤੀ ਆ ਵੀ ਆਪਾਂ ਇੰਨੀ ਕੁ ਵਡਿਆਈ ਕਰ ਸਕਦੇ ਹਾਂ ਪਰ ਮਹਾਰਾਜ ਦੀ ਵਡਿਆਈ ਇਸ ਤਰ੍ਹਾਂ ਵੀ ਅਪਰੰਪਾਰ ਹੈ ਬੇਅੰਤ ਹੈ ਇੰਨੀ ਵਡਿਆਈ ਦੇ ਸੁਣ ਕੇ ਜਾਣ ਕੇ ਪੜ੍ਹ ਕੇ ਜਿਹੜਾ ਫਿਰ ਵੀ ਗੁਰੂ ਗੋਬਿੰਦ ਸਿੰਘ ਦਾ ਨਈ ਨਾ ਬਣਿਆ ਜਿਹੜਾ ਫਿਰ ਵੀ ਜਾ ਕੇ ਨਾਈ ਦੀ ਦੁਕਾਨ ਤੇ ਬੈਠੇਗਾ ਨਾ ਜਿਹੜਾ ਫਿਰ ਵੀ ਭੱਖ ਤੇ ਅਭੱਖ ਜਾ ਕੇ ਖਾਏਗਾ ਨਾ ਜਿਹੜਾ ਇੰਨੀ ਵਡਿਆਈ ਨੂੰ ਨਹੀਂ ਸਮਝ ਸਕਿਆ ਫਿਰ ਉਹ ਸਮਝ ਹੀ ਨਹੀਂ ਸਕਦਾ ਫਿਰ ਉਹ ਮੂਰਖ ਤੋਂ ਬਿਨਾ ਕੀ ਉਹਨੂੰ ਕਹਿ ਸਕਦਾ ਕੁਝ ਨਹੀਂ ਕਿਹਾ ਜਾ ਸਕਦਾ ਹੈ ਹਿੰਦੂ ਜਨਮਨ ਲੱਖ ਗੁਰ ਕਰਨੀ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਹ ਜਿਹੜਾ અવਤਾਰ ਹੈ ਇਸ ਦੀ ਮਹਿਮਾ ਕੋਈ ਕਹਿ ਨਹੀਂ ਸਕਦਾ ਬੇਅੰਤ ਮਹਿਮਾ ਦੇ ਮਾਲਕ ਹਨ ਹਿੰਦੂ ਧਰਮ ਕੋ ਰੱਖਣ ਕੀਨਾ ਸਤਗੁਰੂ ਪਾਤਸ਼ਾਹ ਮਹਾਰਾਜ ਦਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ ਨਾ ਹਿੰਦੂਆਂ ਦੇ ਵਿਰੋਧੀ ਨੇ ਨਾ ਮੁਸਲਮਾਨਾਂ ਦੇ ਵਿਰੋਧੀ ਨੇ ਧਰਮ ਦਾ ਵਿਰੋਧ ਨਹੀਂ ਹੈ ਗੁਰੂ ਘਰ ਦੇ ਵਿੱਚ ਹਾਂ ਦੁਨੀਆ ਵਿੱਚ ਕੁਝ ਧਾਰਮਿਕ ਆਗੂ ਜਿਹੜੇ ਬਣ ਜਾਂਦੇ ਉਹ ਜ਼ਰੂਰ ਵਿਰੋਧ ਪੈਦਾ ਕਰ ਦਿੰਦੇ ਫਲਾਣੇ ਨਾਲ ਫਲਾਣੇ ਨਾਲ ਗੁਰੂ ਦਾ ਧਰਮ ਨਾਲ ਵਿਰੋਧ ਨਹੀਂ ਹੈ ਪਰ ਜਿਹੜੇ ਵਿਅਕਤੀ ਧਰਮ ਦਾ ਆਸਰਾ ਲੈ ਕੇ ਪਾਪ ਕਰਦੇ ਉਹਨਾਂ ਨਾਲ ਜ਼ਰੂਰ ਵਿਰੋਧ ਹੈ ਉਨੇ ਇੱਕ ਪਾਸੇ ਹੈ ਸਰਹੰਦ ਦਾ ਸੂਬੇਦਾਰ ਵजीर खान ਇੱਕ ਪਾਸੇ ਹੈ ਗਣੀ ਖਾ ਤੇ ਨਬੀ ਖਾਨ ਦੋਨੇ ਹੈ ਇੱਕੋ ਧਰਮ ਦੇ ਗਣੀ ਖਾ ਤੇ ਨਬੀ ਖਾਨ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਮਹਾਰਾਜ ਨੇ ਆਖਿਆ ਖਾਲਸਾ ਜੀ ਇਹ ਸਾਡੇ ਪੁੱਤਰ ਨੇ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਲ ਹੀ ਮਿਲਾ ਦਿੱਤਾ ਤੇ ਦੂਸਰੇ ਪਾਸੇ ਵजीर खान ਨੂੰ ਸੁਧਨ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਆਖਿਆ ਸਰਹੰਦ ਦੀ ਇੱਟ ਦੇ ਨਾਲ ਇੱਟ ਵਜਾਉਣੀ ਹੈ ਦੋਨੇ ਹੀ ਮੁਸਲਮਾਨ ਨੇ ਪਰ ਧਰਮ ਦੇ ਨਾਲ ਵਿਰੋਧ ਨਹੀਂ ਹੈ ਵਿਰੋਧ ਪਾਪੀ ਦੇ ਨਾਲ ਹੈ ਇਸੇ ਤਰ੍ਹਾਂ ਹਿੰਦੂ ਨੇ ਇਹ ਦੁਆ ਵਿੱਚ ਸਾਰੇ ਮਾੜੇ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਮਾੜੇ ਨੇ ਗੰਗੂ ਵਰਗੇ ਤੇ ਕੁਝ ਚੰਗੇ ਵੀ ਨੇ ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਪੈਣ ਵਾਲੇ ਬਚਨ ਮੰਨਣ ਵਾਲੇ ਤੇ ਬਚਨਾ ਦੇ ਉੱਪਰ ਚੱਲਣ ਵਾਲੇ ਵੀ ਹਨ ਰਾਜ ਤੇਜ ਤੁਰਕਨ ਕੋਸ਼ੀਨ ਪਰ ਜਿਨ੍ਹਾਂ ਦਾ ਰਾਜ ਭਾਗ ਜਿਨ੍ਹਾਂ ਦੇ ਕੋਲ ਹੈ ਨਾ ਉਹਨਾਂ ਦੀ ਆਕੜ ਭੰਨੀ ਮਹਾਰਾਜ ਦਾ ਕੰਮ ਹੈ ਇਸ ਵੇਲੇ ਮੁਗਲਾਂ ਦਾ ਰਾਜ ਹੈ ਉਹਨਾਂ ਵਿੱਚ ਆਕੜ ਇੰਨੀ ਹੈ ਮਾਨ ਇੰਨਾ ਵੀ ਜੂ ਅਸੀਂ ਕਰਾਂਗੇ ਉਹ ਕਾਨੂੰਨ ਹੈ ਉਹ ਸਰਕਾਰ ਹੈ ਬਸ ਜਿਹੜੇ ਚੜ ਕੇ ਆਏ ਨੇ ਨਾ ਆਕੜ ਲੈ ਕੇ ਉਹਨਾਂ ਦਾ ਸਿਰ ਭੰਨਣਾ ਆਕੜ ਭੰਨੀ ਇਹ ਮਹਾਰਾਜ ਦਾ ਕੰਮ ਹੈ ਉਹ ਮਹਾਰਾਜ ਜੰਗ ਕੋਈ ਕਰਦੇ ਮਹਾਰਾਜ ਕੋਈ ਅਣਜਾਣ ਨਹੀਂ ਜੰਗ ਕਰਨ ਦਾ ਕਾਰਨ ਇਹ ਹੈ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਧ ਤਾਕਤਵਰ ਸਮਝਦੇ ਨੇ ਵੀ ਸਾਡਾ ਮੱਥਾ ਕੋਈ ਨਹੀਂ ਲਾ ਸਕਦਾ ਉਹਨਾਂ ਦੀ ਆਕੜ ਭੰਨੀ ਹੈ ਇਹ ਖਾਲਸੇ ਦਾ ਕੰਮ ਹੈ ਅਸ ਮਹਿਮਾ ਪੋਜਾਂ ਦੇ ਜੋਏ ਨਾ ਇਸ ਤਰ੍ਹਾਂ ਦੀ ਮਹਿਮਾ ਜਿਹੜਾ ਜਾਣਦਾ ਹੈ ਭਾਈ ਅਸ ਕਿਰਤ ਕਣੀ ਤੰਦੈ ਸਮ ਕੋਈ ਨਾ ਕਹਿ ਲੱਗੇ ਜਿਹੜਾ ਇਸ ਤਰ੍ਹਾਂ ਦੀ ਮਹਿਮਾ ਵੀ ਨਹੀਂ ਨਾ ਜਾਣੇਗਾ ਉਹਦੇ ਵਰਗਾ ਅਕਿਰਤ ਕਾਣ ਦੁਨੀਆ ਤੇ ਹੋ ਹੀ ਕੋਈ ਨਹੀਂ ਸਕਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੰਨੇ ਪਾਰੋਂ ਪੁਕਾਰ ਭੁਲਾ ਕੇ ਗੁਰੂ ਦੀ ਮਹਿਮਾ ਫਿਰ ਵੀ ਨਹੀਂ ਜਾਣੇਗਾ ਫਿਰ ਵੀ ਜਾ ਕੇ ਕਬਰ ਤੇ ਦੀਵਾ ਜਗਾਏਗਾ ਫਿਰ ਵੀ ਮੜੀ ਮਸਾਨ ਨੂੰ ਜਾ ਕੇ ਪੁজেਗਾ ਉਹਦੇ ਵਰਗਾ ਅਕਿਰਤ ਕੰਨ ਅਕਿਰਤ ਕੰਨ ਉਹਨੂੰ ਕਿਹਾ ਜਾਂਦਾ ਕੀਤੇ ਹੋਏ ਪਰਉਪਕਾਰ ਨੂੰ ਭਲਾਉਣ ਵਾਲਾ ਉਹ ਹੈ ਕਿਰਤ ਕਰਨ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਧਰਤੀ ਵੀ ਇਹ ਗੱਲ ਕਹਿੰਦੀ ਹੈ ਪ੍ਰਮਾਤਮਾ ਮੈਨੂੰ ਪਹਾੜਾਂ ਦਾ ਭਾਰ ਨਹੀਂ ਹੈ ਮੈਨੂੰ ਰੁੱਖਾਂ ਦਾ ਭਾਰ ਨਹੀਂ ਹੈ ਮੈਨੂੰ ਸਮੁੰਦਰਾਂ ਦਾ ਭਾਰ ਨਹੀਂ ਹੈ ਮੈਨੂੰ ਦਰਿਆਵਾਂ ਦੇ ਪਾਣੀ ਦਾ ਵੀ ਭਾਰ ਨਹੀਂ ਹੈ ਕਿੰਨੀ ਦੁਨੀਆ ਤੇ ਆਬਾਦੀ ਪੈਦਾ ਜੀਵ ਜੰਤੂ ਪੈਦਾ ਹੋਏ ਮੈਨੂੰ ਉਹਨਾਂ ਦਾ ਵੀ ਭਾਰ ਨਹੀਂ ਹੈ ਪਰ ਜੇ ਮੈਨੂੰ ਭਾਰ ਹੈ ਤੇ ਅਕਿਰਤ ਘਣ ਬੰਦੇ ਦਾ ਹੈ ਅਕਿਰਤ ਘਣ ਦਾ ਭਾਰ ਸਭ ਤੋਂ ਵੱਡਾ ਹੈ ਇੱਥੇ ਕਿਹ ਅਕਿਰਤ ਘਰ ਕੌਣ ਹੈ ਜਿਹੜਾ ਗੁਰੂ ਦੇ ਕੀਤੇ ਪਰਉਪਕਾਰ ਨੂੰ ਭੁਲਾਵੇ ਐਸੀ ਮਹਿਮਾ ਸੁਣ ਕੇ ਜਿਹੜਾ ਫਿਰ ਵੀ ਗੁਰੂ ਤੋਂ ਬੇਮੁਖ ਹੋ ਗਿਆ ਪਿੱਠ ਕਰ ਗਿਆ ਉਹ ਦੁਨੀਆ ਤੇ ਭਾਰ ਹੈ ਧਰਤੀ ਵੀ ਉਹਦਾ ਭਾਰ ਚੁੱਕ ਨਹੀਂ ਸਕਦੀ ਐਸਾ ਉਹ ਵੱਡਾ ਪਾਪੀ ਹੈ ਧੰ ਧੰ ਸਤਗੁਰ ਸੁਖ ਦਾਤੇ ਸਤਗੁਰੂ ਪਾਤਸ਼ਾਹ ਜੀ ਬੜੇ ਸੁਖਾਂ ਦੇ ਦਾਤੇ ਹਨ ਕਰਿਓ ਖਾਲਸਾ ਪ੍ਰਗਟ ਵਿਧਾਤੇ ਸਤਗੁਰੂ ਨੇ ਵਿਧਾਤੇ ਵਿਧਾਤਾ ਕਹਿੰਦੇ ਫਲ ਬਰਦਾਤਾ ਜਿਹੜਾ ਸਾਰਿਆਂ ਨੂੰ ਫਲ ਦਿੰਦਾ ਹੈ ਸਾਰਿਆਂ ਨੂੰ ਕੀਤਾ ਜਿਹੜਾ ਕਰਮ ਭਗਤਾਉਂਦਾ ਹੈ ਕਈ ਵਾਰੀ ਆਪਾਂ ਪਰਮਾਤਮਾ ਦੀ ਮਰਜ਼ੀ ਆਪਣੇ ਹੱਥ ਵਿੱਚ ਲੈ ਲੈਨੇ ਆ ਵੀ ਮੈਂ ਫਲ ਦੇਵਾਂਗਾ ਪਰ ਸਾਰਿਆਂ ਨੂੰ ਫਲ ਦੇਣਾ ਸਜ਼ਾ ਦੇਣੀ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਉਹਨੇ ਕਿੰਨੂੰ ਕੀ ਦੇਣਾ ਕਦੋਂ ਦੇਣਾ ਕਿਵੇਂ ਦੇਣਾ ਉਹਦੀ ਮਰਜ਼ੀ ਹੈ ਤਾਂ ਨੂੰ ਕਿਹਾ ਜਾਂਦਾ ਫਲ ਵਰਦਾਤਾ ਸਾਰਿਆਂ ਨੂੰ ਚੰਗੇ ਮਾੜੇ ਕਰਮਾਂ ਦਾ ਫਲ ਭਗਤੌਣ ਵਾਲਾ ਉਹ ਛੱਡਦਾ ਨਹੀਂ ਹੈ ਕਿਸੇ ਨੂੰ ਇਹ ਕੋ ਮਤਾ ਸੋਚੇ ਵੀ ਉਹ ਮੈਨੂੰ ਮaaf ਕਰ ਦੇ ਛੱਡ ਦੇ ਵਗੈਰਾ ਨਹੀਂ ਉਹਦੀ ਨਿਗਾਹ ਸਾਰਿਆਂ ਤੇ ਹੀ ਹੈ ਹਰੇਕ ਸਵਾਸ ਦਾ ਉਹਦੇ ਕੋਲ ਹਿਸਾਬ ਜਮਾ ਹੋਇਆ ਪਿਆ ਪੂਰਾ 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 ਨਿਆਉ ਕਰੇ ਕਰਤਾਰ ਲਿਖਾ ਜੋਖਾ ਪੂਰਾ ਕਰੇਗਾ ਸਤਗੁਰੂ ਮਹਾਰਾਜ ਕਹਿਣ ਲਗੇ ਉਹ ਸਤਗੁਰੂ ਐਸਾ ਹੈ ਪਰਮਾਤਮਾ ਐਸਾ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਕਹਿਣ ਲਗੇ ਤੁਸੀਂ ਧਰਤੀ ਤੇ ਜਾ ਕੇ ਖਾਲਸਾ ਪੰਥ ਪੈਦਾ ਕਰੋ ਮੈਂ ਆਪਣਾ ਸੋਤ ਤੋਹੇ ਨੇ ਵਾਜਾ ਪੰਥ ਪਰਚੁਰ ਕਰਵੇ ਕੋ ਸਾਜਾ ਜਦੋਂ ਅਕਾਲ ਪੁਰਖ ਜੀ ਪ੍ਰਗਟ ਹੋਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਡੇ ਸਾਹਮਣੇ ਉਹਨਾਂ ਨੇ ਆਖਿਆ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾਉਦੇ ਹਾਂ ਕਿਸੇ ਵੀ ਗ੍ਰੰਥ ਵਿੱਚ ਕਿਸੇ ਵੀ ਅਵਤਾਰ ਨੂੰ ਪ੍ਰਮਾਤਮਾ ਦਾ ਪੁੱਤਰ ਨਹੀਂ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਪੁਰਖ ਦਾ ਪੁੱਤਰ ਲਿਖਿਆ ਹੈ ਤੇ ਜਿਹੜਾ ਅਕਾਲ ਪੁਰਖ ਸਦਾ ਰਹਿਣ ਵਾਲਾ ਤੂੰ ਸਦਾ ਸਲਾਮਤ ਨਿਰੰਕਾਰ ਤੇ ਉਹਦਾ ਜਿਹੜਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਦਾ ਕੀਤਾ ਜਿਹੜਾ ਖਾਲਸਾ ਹੈ ਤੇ ਫਿਰ ਉਹ ਸਦਾ ਹੀ ਰਹੇਗਾ ਨਾ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਦੁਨੀਆ ਦੀਆਂ ਤਾਕਤਾਂ ਬੜਾ ਯੋਰ ਲਾ ਰਹੀਆਂ ਸਰਕਾਰਾਂ ਯੋਰ ਲਾ ਲੀਆਂ ਖਤਮ ਕਰਨ ਵਾਸਤੇ ਪਰ ਮੁਕੇਗਾ ਨਹੀਂ ਕਿਉਂਕਿ ਇਹਦਾ ਮਾਲਕ ਸਦਾ ਰਹਿਣ ਵਾਲਾ ਨਾ ਅਕਾਲਪੁਰਖ ਸਦਾ ਰਹਿਣ ਵਾਲਾ ਹੈ ਜਦੋਂ ਉਹ ਸਦਾ ਰਹਿਣ ਵਾਲਾ ਉਹਦੇ ਪੁੱਤਰ ਨੂੰ ਕੌਣ ਮਿਟਾ ਸਕਦਾ ਹੈ ਕੌਣ ਖਤਮ ਕਰ ਸਕਦਾ ਹੈ ਮਟਾਉਣ ਵਾਲੇ ਮਿਟ ਗਏ ਪਰ ਇਹ ਨਹੀਂ ਖਤਮ ਹੋਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਤੁਸੀਂ ਖਾਲਸਾ ਪੰਥ ਪੈਦਾ ਕਰੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਠਾਡ ਭਇਓ ਮੈ ਯੂਰ ਕਰ ਬਚਨ ਕਹਾ ਸਰਨੇ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਖਾਲਸਾ ਪੰਥ ਤੇ ਪੈਦਾ ਹੋ ਜਾਏਗਾ ਪਰ ਤੁਹਾਡੀ ਕਿਰਪਾ ਬਿਨਾ ਇਹ ਕੰਮ ਕਰਨਾ ਮੁਸ਼ਕਲ ਹੈ ਇਹ ਕਾਲ ਉਹ ਤਬ ਆਇਸ ਪ੍ਰਭ ਮੋਹੇ ਦਿਆ ਤਬ ਹਮ ਜਨਮ ਕਲੂ ਮਹਿ ਲੀਆ ਫਿਰ ਉਹਨਾਂ ਨੇ ਸਾਨੂੰ ਆਗਿਆ ਦਿੱਤੀ ਅਸੀਂ ਕਾਲ ਯੁੱਗ ਵਿੱਚ ਆ ਕੇ ਖਾਲਸਾ ਪੰਥ ਪੈਦਾ ਕੀਤਾ ਹੈ ਅਵਿਨੀ ਭਾਰ ਨਿਵਾਰਨ ਕਾ ਇਹ ਖਾਲਸਾ ਕਾਦੇ ਵਾਸਤੇ ਬਣਿਆ ਇਹ ਖਾਲਸਾ ਕੱਲਾ ਲੰਗਰ ਛਕਾਉਣ ਵਾਸਤੇ ਨਹੀਂ ਬਣਿਆ ਵੀ ਥਾਵਾਂ ਥਾਵਾਂ ਤੇ ਅਸੀਂ ਰਸੋਈਏ ਬਣ ਜਾਈਏ ਤੇ ਲੋਕਾਂ ਨੂੰ ਖਵਾਉਂਦੇ ਰਹੀਏ ਤੇ ਚੰਗੇ ਆ ਜਦੋਂ ਕਿਤੇ ਹੜ ਆ ਜਾਂਦਾ ਕੋਈ ਵਿਪਤਾ ਪੈ ਜਾਂਦੀ ਹੈ ਉਦੋਂ ਬੜੀਆਂ ਖਬਰਾਂ ਤੇ ਖਬਰਾਂ ਲੱਗਦੀਆਂ ਇਹ ਬੜੀ ਸੇਵਾ ਵਾਲਾ ਪੰਥ ਹੈ ਪਰ ਜਦ ਦਿਨ ਕਿਤੇ ਹੱਕ ਲੈਣ ਦੀ ਗੱਲ ਆਉਂਦੀ ਹੈ ਨਾ ਮੜਾ ਜਾ ਸਿਰ ਚ ਕੋਦ ਨਹੀਂ ਕਹਿ ਦਿੱਤਾ ਜਾਂਦਾ ਇਹ ਅਤਵਾਦੀ ਹੈ ਇਹ ਘਰੇ ਸ਼ਹੀਦਾਂ ਦੀ ਫੋਟੋ ਵੀ ਨਹੀਂ ਰੱਖ ਸਕਦਾ ਉਦੋਂ ਅਤਵਾਦੀ ਕੋਸ਼ਤ ਹੋ ਜਾਂਦਾ ਜਦ ਦਿਨ ਲੋਕਾਂ ਨੂੰ ਕਰਸ਼ੀ ਫੜ ਕੇ ਲੰਗਰ ਸ਼ਿਕਾਉਂਦਾ ਉਦੋਂ ਪਾਰੋਪਕਾਰੀ ਹੋ ਜਾਂਦਾ ਇਹ ਦੁਨੀਆ ਦੀ ਦੂਰੀ ਨੀਤੀ ਹੈ ਜਦੋਂ ਖਾਣਾ ਹੈ ਉਦੋਂ ਵੜਿਆਈ ਹੈ ਜਦੋਂ ਹੱਕ ਮੰਗਣਾ ਹੈ ਉਦੋਂ ਵਖਵਾਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਬਣਾਇਆ ਇਹ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਹੈ ਜਿਹੜਾ ਦੁਨੀਆ ਤੇ ਧਰਤੀ ਦਾ ਭਾਰ ਬਣਿਆ ਉਹਨੂੰ ਖਾਲਸੇ ਨੇ ਸਮੇਂ-ਸਮੇਂ ਤੇ ਪਹਿਲਾਂ ਵੀ ਮਟਾਇਆ ਆਉਣ ਵਾਲੇ ਸਮੇਂ ਵਿੱਚ ਵੀ ਮਟਾਉਂਦਾ ਹੀ ਰਹੇਗਾ ਕਿਉਂਕਿ ਇਹ ਪੈਦਾ ਹੀ ਜ਼ੁਲਮ ਦੇ ਨਾਲ ਮੱਥਾ ਲਾਉਣ ਵਾਸਤੇ ਹੋਇਆ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਹੱਥ ਵਿੱਚ ਛੋਟੇ ਲੈ ਕੇ ਰਾਹ ਵਿੱਚ ਖੜ ਗਏ ਕਾਦੇ ਵਾਸਤੇ ਸਮੇਂ ਦੀ ਸਰਕਾਰ ਟੈਕਸ ਲਾਉਂਦੀ ਹੈ ਉਹਨਾਂ ਦੀ ਅੱਖਾਂ ਖੋਲਣ ਵਾਸਤੇ ਸਾਡਾ ਕਰ ਲੱਗੇਗਾ ਇਸ ਤਰ੍ਹਾਂ ਦਾ ਇਹ ਖਾਲਸਾ ਹੈ ਸਮੇਂ-ਸਮੇਂ ਤੇ ਹਰੇਕ ਦੇ ਨਾਲ ਇਸਨੇ ਮੱਥਾ ਲਾ ਕੇ ਦੁਸ਼ਮਣ ਨੂੰ ਵੰਗਾਰਿਆ ਹੈ ਬਚਿਓ ਬੈਰ ਤੁਰਕਨ ਸੰਗਦਾਰ ਮਹਾਰਾਜਿਆਂ ਨੇ ਖਾਲਸਾ ਪੈਦਾ ਹੀ ਇਸੇ ਵਾਸਤੇ ਕੀਤਾ ਹੈ ਦੁਸ਼ਮਨਾਾਂ ਦੇ ਨਾਲ ਵੈਰ ਅਤੇ ਉਹਦਾ ਬਦਲਾ ਲੈਣ ਵਾਸਤੇ ਗਰਪਤ ਸਿੰਘ ਬਿਰਧਾ ਉਹ ਇਸ ਤਰ੍ਹਾਂ ਪਹਾੜੀ ਰਾਜਿਆਂ ਨਾਲ ਝਗੜਾ ਗੁਰਮਖੋ ਵੱਧ ਗਿਆ ਪਰ ਪਹਾੜੀ ਰਾਜੇ ਬਾਈ ਨੇ ਬਾਈ ਦੇ ਬਾਈ ਇਕੱਠੇ ਹੋ ਜਾਣ ਫੌਜ ਲੈ ਕੇ ਜਿੰਨੀ ਵਾਰਾਂ ਵੀ ਜੰਗ ਕਰਦੇ ਨੇ ਅੱਗੇ ਲਾ ਕੇ ਹੀ ਭਜਦੇ ਦੌੜਦੇ ਹੀ ਨੇ ਅੱਗੇ ਲਾ ਕੇ ਖਲੋਂਦੇ ਕਿਤੇ ਨਹੀਂ ਪਹਿਲਾ ਜੰਗ ਗੁਰੂ ਗੋਬਿੰਦ ਸਿੰਘ ਦਾ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਜਮਨਾ ਦੇ ਕਿਨਾਰੇ ਡੇਰਾ ਲਾ ਕੇ ਬੈਠੇ ਇਨੇ ਚਰਨੋਂ ਪਹਾੜੀਆਂ ਦਾ ਰਾਜਾ ਭੀਮਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਉੱਥੇ ਪਹੁੰਚ ਗਿਆ। ਕੱਲਾ ਆਪ ਨਹੀਂ ਕਈ ਰਾਜੇ ਨੇ ਨਾਲ। ਕਈ ਰਾਜਿਆਂ ਦੀ ਫੌਜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਥੋੜਾ ਜਿਹਾ ਹੀ ਹੈ, ਗਿਣਤੀ ਬਹੁਤੀ ਨਹੀਂ ਮਹਾਰਾਜ ਦੇ ਸਿਪਾਹੀਆਂ ਦੀ। ਪਰ ਕਿਸੇ ਦੀ ਹਿੰਮਤ ਨਹੀਂ ਹੈ ਵੀ ਸ਼ੇਰ ਦੀ ਮੁੱਛ ਨੂੰ ਜਾ ਕੇ ਹੱਥ ਪਾਵੇ, ਇਹ ਹਿੰਮਤ ਨਹੀਂ ਹੈ ਵੀ ਅਸੀਂ ਇਥੋਂ ਲੰਘ ਸਕੀਏ। भीमचंद ਨੇ ਆਪਣਾ ਇੱਕ ਵਜ਼ੀਰ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਸਤਾ ਦੇ ਦਿਓ ਮੈਂ ਪੁੱਤਰ ਦਾ ਵਿਆਹ ਕਰਨ ਜਾ ਰਿਹਾ ਮੇਰਾ ਪੁੱਤਰ ਤੇ ਤੁਹਾਡਾ ਪੁੱਤਰ ਬੱਚੇ ਤੇ ਸਾਂਝੇ ਹੀ ਹੁੰਦੇ ਹਨਾ ਮਹਾਰਾਜ ਯੰਗ ਨਹੀਂ ਕਰਾਂਗਾ ਰਸਤਾ ਦੇ ਦਿਓ ਪਰ ਚਲਾਕੀ ਇਹ ਹੈ ਮਹਾਰਾਜ ਰਸਤਾ ਦੇਣਗੇ ਮੈਂ ਨੰਗਦਾ ਨੰਗਦਾ ਯਕਦਮ ਮਹਾਰਾਜ ਤੇ ਹਮਲਾ ਕਰ ਦਿਆਂਗਾ ਨਾਲੇ ਮੇਰੀ ਬਰਾਤ ਮੇਰੀ ਫੌਜ ਪਾਰ ਲੰਗੇਗੀ ਨਾਲੇ ਗੁਰੂ ਗੋਬਿੰਦ ਸਿੰਘ ਨੂੰ ਮਿਟਾ ਦਿਆਂਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣੀ ਜਾਣ ਮਹਾਰਾਜ ਨੇ ਉਹ ਉੱਤਰ ਭੇਜਿਆ ਕਹਿਣ ਲੱਗੇ ਤੇਰਾ ਪੁੱਤਰ ਤੇ ਤੇਰੇ ਬਰਾਤੀ 50 ਦੀ ਗਿਣਤੀ ਵਿੱਚ 100 ਦੀ ਗਿਣਤੀ ਵਿੱਚ ਸਾਡੇ ਕੋਲੋਂ ਲੰਘ ਜੋ ਕੁਝ ਨਹੀਂ ਕਵਾਗੇ ਲੰਘ ਜੋ ਜਬਨਾ ਭਾਰ ਪਰ ਤੇਰੀ ਫੌਜ ਨਹੀਂ ਸੀ ਲੰਘਣ ਦੇ ਆਗੇ ਭੀਮਚੰਦ ਵਿੱਚ ਇੰਨੀ ਹਿੰਮਤ ਨਹੀਂ ਵੀ ਇੰਨੇ ਰਾਜਿਆਂ ਦੀ ਫੌਜ ਲੈ ਕੇ ਮਹਾਰਾਜ ਦੇ ਕੋਲੋਂ ਲੰਘ ਸਕੇ ਭੀਮਚੰਦ ਨੂੰ ਰਸਤਾ ਬਦਲਣਾ ਪਿਆ ਆਪਣੇ ਪੁੱਤਰ ਦਾ ਵਿਆਹ ਲੇਟ ਕਰਨਾ ਪਿਆ ਪੁੱਤਰ ਨੂੰ ਬਰਾਤ ਦੇ ਸਮੇਤ ਲੰਘਣਾ ਲੰਘਾ ਦਿੱਤਾ ਮਹਾਰਾਜ ਨੇ ਪਰ ਭੀਮਚੰਦ ਫੌਜ ਲੈ ਕੇ ਜਮਨਾ ਦਾ ਪੁਲ ਪਾਰ ਨਾ ਕਰ ਸਕਿਆ ਡਰ ਦਾ ਮਾਰਾ ਪਿੱਛੇ ਮੁੜਿਆ ਹੋਰ ਰਸਤੇ ਥਾਣੀ ਹੋ ਕੇ ਸ਼੍ਰੀਨਗਰ ਪਹੁੰਚਿਆ ਵਿਆਹ ਕਰਨ ਵਾਸਤੇ ਮਹਾਰਾਜ ਦੇ ਖਾਲਸੇ ਦਾ ਪ੍ਰਭਾਵ ਹੀ ਇੰਨਾ ਹੈ ਭੀਮਚੰਦ ਵਰਗੇ ਕਈ ਰਾਜੇ ਰਸਤਾ ਵੀ ਮੰਗਦੇ ਨਾਲੇ ਉਦੋਂ ਤੇ ਗੁਰਮੁਖੋ ਅਜੇ ਮਹਾਰਾਜ ਨੇ ਜੰਗ ਵੀ ਕੋਈ ਨਹੀਂ ਕੀਤੀ ਇਹ ਪਹਿਲਾ ਜੰਗ ਸੀ ਮਹਾਰਾਜ ਦਾ ਇਹ ਜੰਗ ਵੀ ਬਾਅਦ ਵਿੱਚ ਹੋਇਆ ਜੰਗ ਤੋਂ ਪਹਿਲਾਂ ਹੀ ਮਹਾਰਾਜ ਦੀ ਉਹ जानਦਾ ਹੈ ਬਹਾਦਰੀ ਨੂੰ ਵੀ ਜੇ ਮਹਾਰਾਜ ਨੇ ਆਖਿਆ ਤੇ ਨਹੀਂ ਨੰਗ ਸਕਦਾ ਐਸੀ ਸਮਰਥਾ ਹੈ ਜਿਸ ਤੇ ਆਣ ਤੁਰਕ ਘਨੇਰੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਝਗੜਾ ਪਵਾਇਆ ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਭਾਵੇਂ ਉਹ ਪਹਾੜੀ ਰਾਜੇ ਹੋਣ ਤੇ ਭਾਵੇਂ ਮੁਗਲਾਂ ਦੀ ਫੌਜ ਹੋਵੇ ਜਿਹੜਾ ਮਰਜ਼ੀ ਮੈਦਾਨ ਵਿੱਚ ਜਦੋਂ ਮਰਜ਼ੀ ਆ ਸਕਦਾ ਹੈ ਜਿਉਂ-ਜਿਉਂ ਆਵੇਂ ਤਿਉਂ-ਤਿਉਂ ਘਾਵੈ ਜਿਵੇਂ-ਜਿਵੇਂ ਚੜ ਕੇ ਆਉਣਗੇ ਨਾ ਗੁਰਮਖੋ ਉਸੇ ਤਰ੍ਹਾਂ ਨਾਲ ਹੀ ਉਹਨਾਂ ਨੂੰ ਸਬਕ ਵੀ ਮਿਲੇਗਾ ਨਾਲ ਉਹਨਾਂ ਨੂੰ ਸਜ਼ਾ ਵੀ ਮਿਲੇਗੀ ਜਿਹੜਾ ਜਿਵੇਂ ਦੀ ਭਾਵਨਾ ਲੈ ਕੇ ਆਵੇਗਾ ਭੁੱਖੇ ਨੂੰ ਪ੍ਰਸ਼ਾਦਾ ਹੰਕਾਰੇ ਨੂੰ ਤੀਗ ਇਹ ਗੁਰੂ ਕਾ ਖਾਲਸਾ ਬਖਸ਼ਿਸ਼ ਕਰਦਾ ਹੈ ਇਹੀ ਵਿਉਂਤ ਸਤਿਗੁਰੂ ਬਣਾਵੇ ਸਤਿਗੁਰੂ ਜੀ ਵਿਉਂਤ ਬਣਾ ਰਹੇ ਨੇ ਵੀ ਜੰਗ ਯੋਧਾਗੇ ਹੋਣੇ ਨੇ ਗੁਰਮਖੋ ਮਹਾਰਾਜ ਸਮਝ ਲਓ ਵੀ ਇਹ ਜੰਗਾ ਜੁੱਧਾਂ ਦੀ ਟ੍ਰੇਨਿੰਗ ਦੇ ਰਹੇ ਨੇ ਆਪਣੇ ਖਾਲਸੇ ਨੂੰ ਪੂਰੀ ਰਣਨੀਤੀ ਸਮਝਾਈ ਜਾ ਰਹੀ ਹੈ ਜੰਗ ਕਿਵੇਂ ਕਰਨਾ ਹੈ ਮਹਾਰਾਜ ਵੀ ਚਾਹੁੰਦੇ ਨੇ ਵਿਰੋਧ ਵਧੇ ਅਸੀਂ ਇਹਨਾਂ ਨਾਲ ਜੰਗ ਕਰੀਏ ਔਰ ਇਹਨਾਂ ਨੂੰ ਸਜ਼ਾ ਦਈਏ ਹੁਣੇ ਭੀਮਚੰਦ ਰਾਜਾ ਜਿਹੜਾ ਹੈ ਇਹ ਰਾਜਿਆਂ ਦੀ ਫੌਜ ਨੂੰ ਇਕੱਠੀ ਕਰੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲੇ ਦੀ ਤਿਆਰੀ ਕਰੇਗਾ ਮਹਾਰਾਜ ਕੀ ਕੌਤਕ ਵਰਤੌਣਗੇ ਕੱਲ ਨੂੰ ਫਿਰ ਸਰਵਨ ਕਰਾਂਗੇ ਭੁੱਲਾਂ ਦੀ ਮੁਆਫੀ ਲੇਖਾ ਹੈ ਕਤਾ ਹੈ ਨਾ ਛੂਟੀ ਹੈ ਬਖਸ਼ਣਾ ਹਾਰ ਪ੍ਰੈਸ਼ਰ ਵਾਹਿਗੁਰੂ ਜੀ ਕਾ ਖਾਲਸਾ ਸਤ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਨੂੰ 9:30 10 ਵਜੇ ਗੁਰੂ ਘਰ ਵਿਖੇ ਕੈਂਪ ਲੱਗ ਰਿਹਾ ਹੈ ਇਹ ਜੋ ਹੱਡੀਆਂ ਦੇ ਦਰਦ ਜੋੜਾ ਵਗੈਰਾ ਦੇ ਸਰਵਾਈਕਲ ਵਗੈਰਾ ਜੋ ਵੀ ਹੈ ਨਾ ਇਹ ਸਾਰਿਆਂ ਦਾ ਇਲਾਜ ਕਰਨ ਵਾਸਤੇ ਕੈਂਪ ਲੱਗੇਗਾ ਜਿਨ੍ਹਾਂ ਨੂੰ ਕੋਈ ਹੈ ਇਸ ਤਰ੍ਹਾਂ ਦਾ ਕਸ਼ਟ ਉਹ ਆਪ ਸੰਗਤਾਂ ਸਾਰੇ 9:30 10 ਵਜੇ ਪਹੁੰਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ